ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਅੱਜ ਦੀ ਲਾਈਵ ਕਲਾਸ ਦੇ ਵਿੱਚ। ਅੱਜ ਜੀ ਆਪਣਾ ਡੇ 9 ਹੈਗਾ ਅਤੇ ਫਿਊਚਰ ਪਰਫੈਕਟ ਦੀ ਅੱਜ ਵਾਰੀ ਹੈਗੀ। ਅੱਜ ਆਪਾਂ ਫਿਊਚਰ ਪਰਫੈਕਟ ਟੈਂਸ ਕਰਾਂਗੇ। ਤਾਂ ਜਲਦੀ ਨੂੰ ਤੋਂ ਜਲਦੀ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਉ ਜੀ, ਆਪਣੇ ਫਰੈਂਡਸ ਦੇ ਨਾਲ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਤਾਂ ਕਿ ਉਹ ਵੀ ਲਾਈਵ ਕਲਾਸ ਜੁਆਇਨ ਕਰ ਸਕਣ। ਤਾਂ ਇਸ ਤੋਂ ਪਹਿਲਾਂ ਜਿੰਨੇ ਵੀ ਆਪਾਂ ਟੈਂਸ ਕੀਤੇ ਹੈਗੇ, 8 ਟੈਂਸ ਕਰ ਚੁੱਕੇ ਇਸ ਤੋਂ ਪਹਿਲਾਂ ਆਪਾਂ, ਤਾਂ 8 ਦੇ ਵਿੱਚ ਕੋਈ ਵੀ ਪ੍ਰੋਬਲਮ ਹੈਗੀ ਆ, ਕਿਸੇ ਵੀ ਟੈਂਸ ਦੇ ਵਿੱਚ ਕਨਫਿਊਜ਼ਨ ਆ ਵੀ ਕਿੱਥੇ ਕੀ ਵਰਤਿਆ ਜਾਣਾ, ਕੁਛ ਨਹੀਂ ਪਤਾ ਹੈ ਜਾਂ ਕੋਈ ਸਮਝ ਚੀਜ਼ ਨਹੀਂ ਆ ਰਹੀ, ਤਾਂ ਤੁਸੀਂ ਪ੍ਰੋਬਲਮਸ ਆਪਣੀਆਂ ਪੁੱਛ ਸਕਦੇ ਹੋ, ਲਾਈਵ ਚੈਟ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਜਸਪ੍ਰੀਤ ਮਾਨ, ਆਈ ਐਮ ਵੇਟਿੰਗ ਫੋਰ ਲਾਈਵ। ਮਨਿੰਦਰ ਮਿੱਡਾ ਜੀ, ਸਤਿ ਸ਼੍ਰੀ ਅਕਾਲ ਜੀ। ਕੌਰ ਗੋਲਡੀ ਜੀ, ਗੁੱਡ ਈਵਨਿੰਗ ਜੀ। ਤਾਂ ਕਿਸੇ ਵੀ ਟੈਂਸ ਦੇ ਵਿੱਚ ਪ੍ਰੋਬਲਮ ਆ ਜੀ, ਤੁਸੀਂ ਪ੍ਰੋਬਲਮਸ ਪੁੱਛ ਸਕਦੇ ਹੋ। ਅਤੇ ਆਪਾਂ ਵੇਟ ਕਰਦੇ ਹਾਂ 2-4 ਮਿੰਟ, ਫਿਰ ਆਪਾਂ ਨਵੀਂ ਕਲਾਸ ਸਟਾਰਟ ਕਰਦੇ ਅੱਜ ਦੀ। ਤਾਂ ਉਮੀਦ ਆ ਵੀ ਤੁਸੀਂ ਸਾਰੇ ਜਣੇ ਨਾਲ ਨਾਲ ਪ੍ਰੈਕਟਿਸ ਜ਼ਰੂਰ ਕਰ ਰਹੇ ਹੋਵੋਗੇ, ਕਿਉਂਕਿ ਡੇਲੀ ਪ੍ਰੈਕਟਿਸ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਜਦੋਂ ਆਪਾਂ ਟੈਂਸ ਸਮਝ ਲੈਂਦੇ ਹਾਂ, ਆਪਾਂ ਨੂੰ ਪਤਾ ਚੱਲ ਜਾਂਦਾ ਵੀ ਟੈਂਸ ਦੇ ਵਿੱਚ ਕਿੱਥੇ ਕੀ ਕੁਛ ਲੱਗਣਾ ਗਾ, ਕਿਹੜੇ ਸਮੇਂ ਦੀ ਗੱਲ ਹੋ ਰਹੀ ਹੈਗੀ, ਉਸ ਤੋਂ ਬਾਅਦ ਉਹਦੀ ਜਦੋਂ ਆਪਾਂ ਪ੍ਰੈਕਟਿਸ ਕਰ ਲੈਂਦੇ ਹੈਗੇ, ਪ੍ਰੈਕਟਿਸ ਤੋਂ ਭਾਵ ਹੈਗਾ ਜਦੋਂ ਆਪਾਂ ਖੁਦ ਵਾਕ ਬਣਾ ਕੇ ਲਿਖ ਲੈਂਦੇ ਹੈਗੇ। ਕਿਉਂਕਿ ਜੇ ਮੈਂ ਤੁਹਾਨੂੰ ਇੱਥੇ ਵਾਕ ਬਣੇ ਬਣਾਏ ਲਿਖ ਦਿੰਦਾ ਗਾ, ਉਹਦਾ ਤੁਹਾਨੂੰ 1 ਮਿੰਟ 'ਚ ਸਮਝ ਆ ਜਾਂਦੀ ਹੈ ਵੀ ਇਹ ਵਾਕ ਕਿਹੜੇ ਸਮੇਂ ਦੀ ਗੱਲ ਕਰ ਰਿਹਾ ਗਾ, ਪ੍ਰੈਜੈਂਟ ਦੀ ਗੱਲ ਕਰ ਰਿਹਾ, ਪਾਸਟ ਦੀ ਗੱਲ ਕਰ ਰਿਹਾ ਜਾਂ ਫਿਊਚਰ ਦੀ ਗੱਲ ਕਰ ਰਿਹਾ ਗਾ। ਬਟ ਜਦੋਂ ਤੁਸੀਂ ਖੁਦ ਵਾਕ ਬਣਾਉਣੇ, ਸਭ ਤੋਂ ਵੱਧ ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਆਪਾਂ ਖੁਦ ਵਾਕ ਬਣਾ ਕੇ ਉਹਨੂੰ ਇੰਗਲਿਸ਼ ਦੇ ਵਿੱਚ ਕਨਵਰਟ ਕਰ ਦਿਆਂਗੇ। ਉੱਥੇ ਪ੍ਰੋਬਲਮ ਕਿਉਂ ਆਉਂਦੀ ਆ, ਕਿਉਂਕਿ ਜਿਹੜੀ ਆਪਣੀ ਪੰਜਾਬੀ ਬੋਲਣ ਵਾਲੀ ਭਾਸ਼ਾ ਗੀ ਅਤੇ ਜਿਹੜੀ ਆਪਣੀ ਪੰਜਾਬੀ ਲਿਖਣ ਵਾਲੀ ਭਾਸ਼ਾ, ਦੋਨਾਂ ਦੇ ਵਿੱਚ ਅੰਤਰ ਹੈਗਾ। ਆਪਾਂ ਬੋਲਦੇ ਕੁਛ ਹੋਰ ਆ, ਪਰ ਜਦੋਂ ਲਿਖਣਾ ਹੁੰਦਾ ਗਾ ਉਦੋਂ ਆਪਾਂ ਨੂੰ ਪ੍ਰੋਪਰ ਪੰਜਾਬੀ ਦੇ ਵਿੱਚ ਸਮੇਂ ਦੇ ਅਨੁਸਾਰ ਲਿਖਣਾ ਪੈਂਦਾ ਕਿ ਕਿਹੜੇ ਸਮੇਂ ਦੀ ਗੱਲ ਕਰ ਰਹੇ ਉਹਦੇ ਵਿੱਚ, ਤਾਂ ਕਿ ਜਿਹੜਾ ਸਾਹਮਣੇ ਲਿਖਣ ਵਾਲਾ ਗਾ ਉਹਨੂੰ ਪੜ੍ਹ ਕੇ ਸਮਝ ਆ ਜਾਵੇ ਵੀ ਉਹ ਕਿਹੜੇ ਸਮੇਂ ਦੀ ਗੱਲ ਕਰ ਰਿਹਾ ਗਾ, ਉਹਨੂੰ ਕੋਈ ਕਨਫਿਊਜ਼ਨ ਨਾ ਰਹੇ। ਕਿਉਂਕਿ ਜਦੋਂ ਆਪਾਂ ਬੋਲਚਾਲ ਕਰਦੇ ਹਾਂ ਉਦੋਂ ਆਪਣੀ ਅੰਡਰਸਟੈਂਡਿੰਗ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਦਿਮਾਗ ਨੂੰ ਸਮਝ ਹੁੰਦੀ ਹੈਗੀ ਕਿ ਉਹ ਕੀ ਗੱਲਬਾਤ ਕਰ ਰਿਹਾ ਹੈ। ਜਾਂ ਆਪਾਂ ਸਾਹਮਣੇ ਵਾਲਿਆਂ ਨੂੰ ਇੱਕਦਮ ਪੁੱਛ ਲੈਂਦੇ ਹਾਂ ਵੀ ਇਹ ਕੰਮ ਖਤਮ ਹੋ ਗਿਆ ਜਾਂ ਕਲੀਅਰ ਕਰ ਲੈਂਦੇ ਹਾਂ, ਬਟ ਜਦੋਂ ਆਪਾਂ ਲਿਖਦੇ ਹਾਂਗੇ ਉਦੋਂ ਕਲੈਰਿਟੀ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਵੀ ਆਪਣਾ ਕੰਮ ਜਿਹੜਾ ਕਿਰਿਆ ਹੋ ਰਹੀ ਹੈ, ਚੱਲ ਰਹੀ ਸੀ ਜਾਂ ਕੀਤਾ ਸੀ ਜਾਂ ਕਰਿਆ ਸੀ, ਕੁਛ ਵੀ ਆਪਾਂ ਗੱਲ ਦੱਸਣੀ ਹੋਵੇ ਜਾਂ ਕਰਾਂਗੇ, ਤਾਂ ਉੱਥੇ ਕਲੈਰਿਟੀ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਤਾਂ ਕਰਕੇ ਆਪਾਂ ਵਾਕ ਨੂੰ ਪੂਰਾ ਲਿਖਣਾ ਪੈਂਦਾ ਗਾ, ਐਂਡ 'ਤੇ ਰਿਹਾ ਹੈ ਲਾਉਣਾ ਪੈਂਦਾ ਜਾਂ ਕੀਤਾ ਸੀ ਹਨ, ਕੁਛ ਵੀ ਆਪਾਂ ਫਿਊਚਰ ਲਗਾਉਣਾ ਪੈਂਦਾ ਤਾਂ ਉਹ ਦੱਸਣਾ ਪੈਂਦਾ ਗਾ। ਤਾਂ ਕਰਕੇ ਜਦੋਂ ਆਪਾਂ ਖੁਦ ਪ੍ਰੈਕਟਿਸ ਕਰਦੇ ਹਾਂ ਤਾਂ ਆਪਾਂ ਨੂੰ ਪੰਜਾਬੀ ਦੀ ਵੀ ਸਮਝ ਆਉਂਦੀ ਵੀ ਆਪਾਂ ਵਾਕ ਐਂਡ ਕਿਵੇਂ ਕਰਨਾ ਗਾ, ਕਿਹੜੇ ਸਮੇਂ ਦੀ ਗੱਲ ਕਰ ਰਹੇ ਹਾਂ। ਅਤੇ ਫਿਰ ਜਦੋਂ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਇੰਗਲਿਸ਼ ਦੇ ਵਿੱਚ ਕਨਵਰਟ ਕਰਦੇ ਹਾਂ ਤਾਂ ਉੱਥੇ ਆਪਾਂ ਨੂੰ ਫਿਰ ਟੈਂਸ ਦੇ ਵਿੱਚ ਵੀ ਕਨਫਿਊਜ਼ਨ ਨਹੀਂ ਰਹਿੰਦੀ ਜਦੋਂ ਆਪਾਂ ਵਾਕ ਪੰਜਾਬੀ ਦੇ ਵਿੱਚ ਸਹੀ ਲਿਖਿਆ ਹੋਊਗਾ, ਤਾਂ ਇੰਗਲਿਸ਼ ਦੇ ਵਿੱਚ ਆਪਾਂ ਉਹਨੂੰ ਇੱਕਦਮ ਸਮਝ ਜਾਵਾਂਗੇ ਵੀ ਕਿਵੇਂ ਕਨਵਰਟ ਕਰਨਾ, ਕਿਹੜੇ ਸਮੇਂ ਦੀ ਗੱਲ ਕਰ ਰਹੇ ਹੈਗੇ। ਇਹ ਸਭ ਤੋਂ ਵੱਧ ਜ਼ਰੂਰੀ ਹੈਗਾ। ਗੁੱਡ ਥਿੰਕ ਜੀ, ਸਤਿ ਸ਼੍ਰੀ ਅਕਾਲ ਜੀ। ਸਨਮਪ੍ਰੀਤ ਕੌਰ, ਗੁੱਡ ਈਵਨਿੰਗ ਜੀ। ਸੁਮਨਦੀਪ ਕੌਰ, ਹੈਲੋ ਜੀ, ਗੁੱਡ ਈਵਨਿੰਗ ਜੀ। ਹਾਂਜੀ ਗੁੱਡ ਥਿੰਕ ਜੀ, ਦੱਸੋ ਜੀ ਤੁਸੀਂ। ਆਈ ਥਿੰਕ ਕੁਸ਼ਚਨ ਤੁਹਾਡਾ ਵਿਚਾਲੇ ਰਹਿ ਗਿਆ ਸਰ, ਜਦੋਂ ਅਸੀਂ ਕੁਛ ਅਦਰ ਵੀਡੀਓਜ਼ ਦੇਖਦੇ ਤਾਂ ਕੀ ਹੁੰਦਾ ਗਾ, ਕੀ ਆਪਣਾ ਪੂਰਾ ਕੁਸ਼ਚਨ ਦੱਸੋ ਜੀ। ਅਨੂ ਰਾਜੂ ਜੀ, ਗੁੱਡ ਈਵਨਿੰਗ ਜੀ। ਤਾਂ ਸਭ ਤੋਂ ਮੇਨ ਗੱਲ ਮੈਂ ਤੁਹਾਨੂੰ ਪ੍ਰੈਕਟਿਸ ਬਾਰੇ ਹੀ ਦੱਸ ਰਿਹਾ ਸੀਗਾ ਕਿ ਨਾਲ ਨਾਲ ਪ੍ਰੈਕਟਿਸ ਜ਼ਰੂਰ ਕਰੋ, ਖੁਦ ਵਾਕ ਜਦੋਂ ਤੁਸੀਂ ਸਮਝ ਗਏ ਵੀ ਕਿਹੜੇ ਟੈਂਸ ਜਿਹੜਾ ਆਪਾਂ ਜੋ ਵੀ ਕੀਤਾ ਜੇ ਤੋਂ ਪਹਿਲਾਂ ਕੀਤੇ ਹੈਗੇ ਉਹਨਾਂ ਦੇ ਵਿੱਚ 1-2 ਐਗਜ਼ਾਮਪਲਸ ਡੇਲੀ ਬਣਾ ਕੇ ਦੇਖਿਆ ਕਰੋ, ਉਹਨਾਂ ਨੂੰ ਵਰਤ ਕੇ ਦੇਖਿਆ ਕਰੋ, ਫਿਰ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਣਾ ਵੀ ਆਪਾਂ ਇਹ ਵਾਕ ਬਣਾਉਣੇ ਕਿਵੇਂ ਹੈਗੇ, ਕਿੱਥੇ ਸਬਜੈਕਟ ਲੱਗਣਾ, ਕਿੱਥੇ ਐਗਜ਼ਾਮਾਰ ਲੱਗਣਾ, ਕਿੱਥੇ ਬਹੁਤਿਆਂ ਦੇ ਨਾਲ ਕੀ ਚੀਜ਼ ਹੋਈ, ਕਿੱਥੇ ਵਰਬ ਦੀ ਫਸਟ ਫਾਰਮ ਲੱਗਣੀ ਆ, ਤਾਂ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਜਾਊ। ਤਾਂ ਖੁਦ ਪ੍ਰੈਕਟਿਸ ਕਰਿਆ ਕਰੋ, ਖੁਦ ਵਾਕ ਡੇਲੀ ਲਾਈਫ ਦੇ ਨਾਲ ਰਿਲੇਟਡ ਬਣਾ ਕੇ ਦੇਖਿਆ ਕਰੋ, ਤਾਂ ਤੁਹਾਨੂੰ ਇੰਗਲਿਸ਼ ਵੀ ਨਵੇਂ ਸ਼ਬਦ ਵੀ ਯਾਦ ਹੋ ਜਾਣੇ, ਤੁਹਾਨੂੰ ਨਵੀਆਂ ਵਰਬ ਦੀਆਂ ਫੋਰਮਸ ਵੀ ਪਤਾ ਲੱਗਣਾ, ਸਭ ਕੁਛ ਹੀ ਪਤਾ ਲੱਗਣ ਲੱਗ ਜੂਗਾ। ਨਾਲ ਨਾਲ ਤੁਸੀਂ ਬੇਸਿਕ ਕਹਾਣੀਆਂ ਤੋਂ ਸਟਾਰਟ ਕਰੋ, ਉਹਨਾਂ ਨੂੰ ਪੜ੍ਹਿਆ ਕਰੋ, ਬੇਸਿਕ ਇੰਗਲਿਸ਼ ਕਨਵਰਸੇਸ਼ਨ ਜਿਵੇਂ ਕਿ ਤੁਹਾਨੂੰ ਕੱਲ੍ਹ ਦੱਸਿਆ ਸੀ ਉਹਨੂੰ ਸੁਣਿਆ ਕਰੋ, ਤਾਂ ਕਿ ਤੁਹਾਨੂੰ ਚੀਜ਼ਾਂ ਦਾ ਸਮਝ ਆਉਣ ਲੱਗ ਜਾਵੇ ਵੀ ਚੀਜ਼ਾਂ ਦੀ ਕੀ ਗੱਲਬਾਤ ਹੋ ਰਹੀ ਹੈ, ਕਿੱਥੇ ਉਹ ਕੀ ਕੁਛ ਵਰਤ ਰਹੇ ਹੈਗੇ। ਗੁੱਡ ਥਿੰਕ ਜੀ, ਕਈ ਵੀਡੀਓਜ਼ ਵਿੱਚ WH ਫੈਮਿਲੀ ਵਰਡਸ ਨੇ ਵੀ ਕੁਛ ਦੱਸ ਦਿਆ ਕਰੋ ਸਰ ਜੀ। ਬਿਲਕੁਲ ਜੀ, ਜਿਹੜਾ WH ਫੈਮਿਲੀ ਵਾਲਾ ਟੋਪਿਕ ਹੈਗਾ ਇਹ ਆਪਾਂ ਟੈਂਸ ਖਤਮ ਹੋਣ ਤੋਂ ਬਾਅਦ ਜ਼ਰੂਰ ਕਰਾਂਗੇ। WH ਫੈਮਿਲੀ ਦੇ ਵਿੱਚ ਵੀ ਕੁਸ਼ਚਨਸ ਕਿਵੇਂ ਬਣਦੇ ਹੈਗੇ, ਉੱਥੇ ਆਪਾਂ ਹੁਣ ਕਿਵੇਂ ਪਹਿਚਾਣ ਹੋਊਗੀ,
ਵੀ ਕੁਐਸਚਨ ਵਟ ਦੇ ਨਾਲ ਬਣਨਾ ਜਾਂ ਵੈਨ ਵਾਏ ਦੇ ਨਾਲ ਇਹ ਕੁਐਸਚਨ ਕਿਵੇਂ ਬਣਨਗੇ। ਉੱਥੇ ਵੀ ਟੈਂਸਾਂ ਦਾ ਜਿਹੜਾ ਆਪਾਂ ਟੈਂਸਿਸ ਕਰ ਰਹੇ ਉਹਨਾਂ ਦਾ ਬਹੁਤ ਜ਼ਿਆਦਾ ਮਹੱਤਵ ਹੈਗਾ। ਉਹਨਾਂ ਦੇ ਨਾਲ ਹੀ ਆਪਾਂ ਨੂੰ ਪਤਾ ਚੱਲਦਾ ਵੀ ਇੱਥੇ ਡਬਲਯੂ ਵਾਏ ਵਟ ਵੈਨ ਵਾਏ ਦੇ ਨਾਲ ਕੀ ਕੁਛ ਲੱਗਣਾ, ਇਸ ਐਮ ਆਰ ਲੱਗੂ, ਵਾਜ਼ ਵਾਰ ਲੱਗੂ ਜਾਂ ਕੀ ਲੱਗੂਗਾ। ਉਹ ਵੀ ਟੈਂਸਿਸ ਦੀ ਬੜੀ ਉੱਥੇ ਜ਼ਰੂਰਤ ਪੈਂਦੀ ਹੈਗੀ। ਹਰਪ੍ਰੀਤ ਕੌਰ ਹੈਲੋ ਜੀ, ਤਾਂ ਅਗਰ ਕੋਈ ਵੀ ਡਾਊਟ ਹੈਗਾ ਪੁਰਾਣੇ ਟੈਂਸਿਸ ਨੂੰ ਲੈ ਕੇ ਤਾਂ ਤੁਸੀਂ ਪੁੱਛ ਸਕਦੇ ਹੋ ਜੀ। ਕਿਤੇ ਕੁਛ ਸਮਝ ਨਾ ਲੱਗੇ ਹੋ, ਕਿਸੇ ਫਾਰਮੂਲੇ ਦੀ ਸਮਝ ਨਾ ਲੱਗੀ ਹੋਵੇ ਜਾਂ ਕਿਸੇ ਟੈਂਸ ਦੇ ਵਿੱਚ ਕਨਫਿਊਜ਼ਨ ਹੋਵੇ, ਉਹ ਵੀ ਤੁਸੀਂ ਪੁੱਛ ਸਕਦੇ ਹੋ। ਇੱਦੋਂ ਪਹਿਲਾਂ ਕੋਈ ਵੀ ਟੈਂਸ ਆਪਾਂ ਕਰ ਲਿਆ ਤਾਂ ਉਹਦੇ ਵਿੱਚ ਤੁਸੀਂ ਪੁੱਛ ਸਕਦੇ ਹੋ। ਅਤੇ ਅੱਜ ਆਪਣੀ ਵਾਰੀ ਹੈਗੀ ਹੈ ਜੀ ਫਿਊਚਰ ਪਰਫੈਕਟ ਟੈਂਸ ਦੀ। ਇਹ ਵੀ ਬੜਾ ਆਸਾਨ ਟੈਂਸ ਹੈਗਾ, ਇਹਦੀ ਬੜੀ ਸੌਖੀ ਪਹਿਚਾਣ ਹੈਗੀ। ਅੱਜ ਇਹਦੇ ਬਾਰੇ ਕਰਾਂਗੇ। ਅਨੂ ਰਾਜੂ ਜੀ, ਸਰ ਡਿਊ ਟੂ ਦਾ ਪੰਜਾਬੀ ਮੀਨਿੰਗ ਕੀ ਹੁੰਦਾ ਗਾ? ਹੁਣ ਆਪਾਂ ਡਿਊ ਟੂ ਜਿਹੜਾ ਡਿਊ ਟੂ ਹੈਗਾ, ਇਹ ਇੱਕ ਕਾਰਨ ਦੇ ਥਾਂ 'ਤੇ ਵਰਤਿਆ ਜਾਂਦਾ ਜਦੋਂ ਆਪਾਂ ਦੱਸਣਾ ਹੋਵੇ ਵੀ ਇਸ ਕਾਰਨ ਕਰਕੇ। ਠੀਕ ਹੈ ਜੀ, ਡਿਊ ਟੂ ਰੇਨ ਜਾਂ ਕੋਈ ਵੀ ਅੱਗੇ ਆਪਾਂ ਵਾਕ ਲਿਖਦੇ ਨੇ, ਅੱਗੇ ਵੀ ਵਾਕ ਹੁੰਦਾ ਗਾ, ਅੱਗੇ ਆਪਾਂ ਰੀਜ਼ਨ ਦਿੱਤਾ ਹੁੰਦਾ ਗਾ ਵੀ ਇਸ ਕਾਰਨ ਕਰਕੇ ਆਪਣਾ ਆਹ ਵਾਲਾ ਕੰਮ ਹੋਇਆ ਨਹੀਂ ਜਾਂ ਹੋ ਗਿਆ, ਤਾਂ ਉੱਥੇ ਆਪਾਂ ਡਿਊ ਟੂ ਉੱਥੇ ਆਪਾਂ ਡਿਊ ਟੂ ਵਰਤ ਲੈਂਦੇ ਹੈਗੇ। ਠੀਕ ਹੈ ਜੀ, ਤਾਂ ਡਿਊ ਟੂ ਦਾ ਮਤਲਬ ਹੋ ਗਿਆ ਕਾਰਨ ਕਰਕੇ। ਠੀਕ ਹੈ ਜੀ, ਕੋਈ ਵੀ ਕਾਰਨ ਹੋ ਸਕਦਾ, ਜਦੋਂ ਆਪਾਂ ਕਾਰਨ ਦੱਸਾਂ ਵੀ ਇਸ ਕਾਰਨ ਕਰਕੇ ਡਿਊ ਟੂ, ਅੱਗੇ ਆਪਾਂ ਨੂੰ ਇੱਥੇ ਰੀਜ਼ਨ ਦੱਸਣਾ ਪਊਗਾ ਵੀ ਕਿਹੜੇ ਕਾਰਨ ਕਰਕੇ, ਅੱਗੇ ਆਪਾਂ ਮੂਹਰੇ ਕੰਮ ਦੱਸਾਂਗੇ ਵੀ ਆਪਣਾ ਹੋਇਆ ਜਾਂ ਨਹੀਂ ਹੋਇਆ। ਠੀਕ ਹੈ ਜੀ, ਦਾ ਜਿਵੇਂ ਆਪਾਂ ਇਗਜ਼ਾਮਪਲ ਤਾਂ ਉਹਨੂੰ ਦੱਸ ਦਿੰਦਾ ਗਾ, ਫਲੋਰ ਗੋਟ ਸਲਿਪਰੀ ਡਿਊ ਟੂ ਰੇਨ ਵਾਟਰ। ਹੁਣ ਦੇਖੋ ਜੀ, ਫਲੋਰ ਮਤਲਬ ਫਰਸ਼, ਗੋਟ ਸਲਿਪਰੀ ਵੀ ਜਿਹੜੀ ਫਰਸ਼ ਹੈਗੀ ਉਹ ਤਿਲਕਵੀਂ ਹੋ ਗਈ। ਠੀਕ ਹੈ ਜੀ, ਸਲਿਪਰੀ ਦਾ ਮਤਲਬ ਹੁੰਦਾ ਜਦੋਂ ਆਪਾਂ ਤਿਲਕਣ ਹੋ ਜੇ। ਠੀਕ ਹੈ ਜੀ, ਵੀ ਫਲੋਰ ਗੋਟ ਸਲਿਪਰੀ, ਕਿਉਂ ਸਲਿਪਰੀ ਹੋਊਗੀ? ਡਿਊ ਟੂ ਰੇਨ ਵਾਟਰ, ਕਿਉਂਕਿ ਉੱਥੇ ਪਾਣੀ ਜਮ੍ਹਾਂ ਹੋ ਗਿਆ, ਪਾਣੀ ਦੇ ਵਿੱਚ ਫਰਸ਼ ਜਿਹੜੀ ਉਹ ਤਿਲਕਵੀਂ ਹੋ ਗਈ। ਇੱਥੇ ਕਾਰਨ ਕੋਈ ਵੀ ਹੋ ਸਕਦਾ, ਚਾਹੇ ਰੇਨ ਲਿਖ ਦਿਉ, ਚਾਹੇ ਰੇਨ ਵਾਟਰ ਲਿਖ ਦਿਉ, ਜਾਂ ਕਿਸੇ ਹੋਰ ਕਾਰਨ ਕਰਕੇ, ਤਾਂ ਜਿਹੜੇ ਡਿਊ ਟੂ ਉਹ ਆਪਾਂ ਕਾਰਨ ਦੇ ਲਈ ਵਰਤਦੇ ਹਾਂ ਵੀ ਇਸ ਕਾਰਨ ਕਰਕੇ। ਹਾਂਜੀ ਬਿਲਕੁਲ ਜੀ, ਡਿਊ ਟੂ ਦੀ ਜਗ੍ਹਾ ਤੁਸੀਂ ਬਿਕੋਜ਼ ਆਫ ਵੀ ਵਰਤ ਸਕਦੇ ਹੋ, ਕਿਉਂਕਿ ਜਿਹੜਾ ਬਿਕੋਜ਼ ਆਫ ਹੈਗਾ ਉਹ ਵੀ ਆਪਾਂ ਕਾਰਨ ਦੇ ਲਈ ਵਰਤ ਦੇਵਾਂਗੇ ਵੀ ਇਸ ਕਾਰਨ ਕਰਕੇ। ਤਾਂ ਅਗਰ ਕੋਈ ਹੋਰ ਪ੍ਰੋਬਲਮ ਹੈਗੀ ਹੈ ਜੀ ਤਾਂ ਦੱਸੋ ਜੀ, ਨਹੀਂ ਫਿਰ ਆਪਾਂ ਜਿਹੜੀ ਅੱਜ ਦੀ ਨੈਕਸਟ ਕਲਾਸ ਆ ਗਈ ਉਹ ਸਟਾਰਟ ਕਰਦੇ ਹਾਂਗੇ। ਅੱਜ ਦਾ ਬੜਾ ਈਜ਼ੀ ਟੈਂਸ ਹੈਗਾ ਫਿਊਚਰ ਪਰਫੈਕਟ। ਹੁਣ ਫਿਊਚਰ ਪਰਫੈਕਟ ਜਿਹੜਾ ਟੈਂਸ ਹੈ ਜੀ, ਇਹਦੇ ਵਿੱਚ ਕੀ ਕੁਛ ਲੱਗਣਾ, ਕੀ ਇਹ ਵਾਕ ਕਹਿੰਦਾ, ਅੱਜ ਦੀ ਆਪਾਂ ਕਲਾਸ ਸਟਾਰਟ ਕਰ ਦਿਆਂਗੇ। ਅੱਜ ਆਪਣਾ ਡੇ ਨੰਬਰ 9 ਹੈਗਾ, ਤਾਂ ਇਸ ਤੋਂ ਬਾਅਦ ਆਪਣੇ 3 ਟੈਂਸਿਸ ਹੋਰ ਰਹਿ ਗਏ, ਉਹ ਆਪਾਂ ਅਗਲੇ 3 ਦਿਨਾਂ ਵਿੱਚ ਕੰਪਲੀਟ ਕਰ ਦਿਆਂਗੇ, ਫਿਰ ਆਪਾਂ ਕੋਈ ਨਿਊ ਟੋਪਿਕ ਸਟਾਰਟ ਕਰਾਂਗੇ। ਅੱਜ ਦਾ ਜਿਹੜਾ ਟੈਂਸ ਹੈ ਜੀ ਫਿਊਚਰ ਪਰਫੈਕਟ, ਫਿਊਚਰ ਪਰਫੈਕਟ ਆਪਾਂ ਨੂੰ ਪਤਾ ਹੀ ਹੈ ਫਿਊਚਰ ਵੀ ਆਉਣ ਵਾਲੇ ਸਮੇਂ ਦੀ ਗੱਲ ਕਰਦਾ ਗਾ। ਠੀਕ ਹੈ ਜੀ, ਆਉਣ ਵਾਲੇ ਸਮੇਂ ਦੀ ਗੱਲ ਕਰੂਗਾ। ਹੁਣ ਪਰਫੈਕਟ ਦਾ ਮਤਲਬ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਾਂ ਨੂੰ ਕੰਮ ਦੇ ਫਿਨਿਸ਼ ਹੋਣ ਦਾ ਪਤਾ ਚੱਲਦਾ ਵੀ ਕੰਮ ਜਿਹੜਾ ਆਪਣਾ ਖਤਮ ਹੋ ਚੁੱਕਿਆ। ਠੀਕ ਹੈ ਜੀ, ਇਹ ਆਪਾਂ ਨੂੰ ਕੰਮ ਹੋ ਚੁੱਕਿਆ। ਠੀਕ ਹੈ ਜੀ, ਉਹਦੇ ਬਾਰੇ ਦੱਸਦਾ। ਹੁਣ ਫਿਊਚਰ ਦੇ ਵਿੱਚ ਕੀ ਹੈਗਾ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਵੀ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਜਿਹੜਾ ਸਾਡਾ ਕੰਮ ਹੈਗਾ ਉਹ ਖਤਮ ਹੋ ਚੁੱਕਿਆ ਹੋਵੇਗਾ। ਠੀਕ ਹੈ ਜੀ, ਆਪਣਾ ਜਿਹੜਾ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋ ਚੁੱਕਿਆ ਹੋਵੇਗਾ। ਆਪਾਂ ਕੰਮ ਦੇ ਫਿਨਿਸ਼ ਹੋਣ ਬਾਰੇ ਜਾਣਕਾਰੀ ਦੇ ਰਹੇ ਹਾਂਗੇ, ਚਾਹੇ ਆਪਾਂ ਸ਼ਾਮ ਦਾ ਦੱਸ ਦਈਏ ਵੀ ਸ਼ਾਮ ਨੂੰ ਮੈਂ ਬਾਜ਼ਾਰ ਜਾ ਚੁੱਕਿਆ ਹੋਵਾਂਗਾ ਜਾਂ ਸ਼ਾਮ ਨੂੰ ਮੈਂ ਸਬਜ਼ੀ ਖਰੀਦ ਚੁੱਕਿਆ ਹੋਵਾਂਗਾ, ਕਿਸੇ ਵੀ ਆਪਾਂ ਕੋਈ ਗੱਲ ਦੱਸਣੀ ਹੋਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਫਿਨਿਸ਼ ਹੋ ਚੁੱਕਿਆ ਹੋਵੇਗਾ, ਚੁੱਕਿਆ ਹੋਵੇਗਾ, ਚੁੱਕੇ ਹੋਣਗੇ।
ठीक है जी। तो इस तो इलावा चुक्की होवेगी, चुक्कियां होणगियां, तो इस तरह के जिहड़े चुक्का वर्ड तो जरूर आऊगा ही आऊगा, नाल होवेगा होवेगी होणगियां। फ्यूचर की गल इतों पता चलती है भी आप आने वाले समय की गल करते पे हैं, जिवें आप गा गे गी सिंपल फ्यूचर के यूज़ करते सी, उवें इसे तरह इतने भी गा गे गी एंड ते आऊगा होवेगा होणगे होणगियां। जाने कि अज आप ये कर रहे हैं भी आने वाले समय के जो दसना है भी अपना काम खत्म हो चुकया होवेगा या कर चुके होवांगे, बहुत ही गल आ जाती हैगी। तो इस तरह के वाक के एंड ते अपनी निशानी है ऐ कहो एक तरह की भी वाक के एंड ते यह लग्या होगा। तो हुण जदों आपां अजिहे वाकां नूं इंग्लिश दे विच कन्वर्ट करना तां की फॉर्मूला लगेगा, फॉर्मूला लिख लैंदे हां कि सब तो पहला आपां जी सबजैक्ट लगना गा, हमेशा की तरह सब तो पहला सबजैक्ट तो बाद विल हैव। अज की आ विल दे नाल हैव आ गया, पहला आपां कल्ला विल वरतदे हुंदे सीगे फ्यूचर दे विच सिंपल फ्यूचर दे विच, फिर कंटीन्यूअस दे विच आपां विल वी वरतिया सीगा फ्यूचर कंटीन्यूअस दे विच, अज फ्यूचर परफेक्ट दे विच विल दे नाल हैव आ गया। उस तो बाद वर्ब दी नाल इत्थे थर्ड फॉर्म ही रहनी हैगी, उस तो बाद इत्थे आ जूगा जी ओबजैक्ट, सबजैक्ट प्लस विल हैव वर्ब दी थर्ड फॉर्म नाल ओबजैक्ट आ जूगा। तां आपां कुछ एग्जाम्पल्स कर लैंदे हैगे, जिवें आपां कह दईए जी मैं चाह बना चुका होवांगा। तो हुण इत्थे की है जिहड़ा आपणा सबजैक्ट हैगा जिहड़ा मर्जी होवे, चाहे वह सिंगुलर की गल करदा होवे चाहे वह बहुतियां की गल करदा होवे, चाहे वह एक जने की गल करदा चाहे बहुतियां की गल करदा, सारयां दे नाल विल हैव लगना। तो कईयों नूं कन्फ्यूजन होंदी है इत्थे जदों सिंगुलर आउंदा इत्थे विल दे नाल हैज़ लगा दिंदे आ, कदे भी हैज़ नहीं आउंदा, हमेशा इह विल हैव ही रहना गा, चाहे जिहदी मर्जी गल होवे सिंगुलर होवे प्लूरल होवे उहनां दे नाल हमेशा विल हैव ही लगना गा। हुण इसे फॉर्मूले के अकॉर्डिंग आपां इत्थे बनाउणे आगे मैं चाह बना चुका होवांगा, जाने कि मैं आने वाले समय की गल दसती भी आने वाले समय के मेरी चाह बन चुकी होवेगी। तो यह मेनली जिहड़ा अपना यह टेंस हैगा, आपां इह जदों कोई ना कोई नाल इहदे गलबात रीज़न दसना पैंदा गा भी जदों तू आवेगा उदों तक मैं काम कर चुका होवेगा। तो यह बेसिकली रीज़न के लिए वरत्या जाता भी तेरे आने तक मैं काम कर लिया होवेगा कर चुका होवेगा, इस तरह की गल्ल दसी जाती है। जे आप रीज़न ना भी लिखा तो सिंपल कह दें कि मैं चाह बना चुका होवेगा, तो यदा मतलब की आ बन जूगा आई, मैं का मतलब विल हैव, आई विल हैव। हुण बनाउणा का मतलब हुंदा गा मेक, मेक की थर्ड फॉर्म की हुंदी है जी मेड, I will have made tea। और नैक्सट एग्जाम्पल होर आप कर लें, वो बाजार जा चुके होंगे, वो बाजार जा चुके होंगे। तो ये अगे भी आप कोई ना कोई रीज़न दे सकते हैं जो कोई सिचुएशन दे सकते, एक अपन सिचुएशन दसनी पैंती है, जो आप नहीं भी देंगे तो भी ठीक है, आप गल कहती भी वह बाजार जा चुके होंगे, कोई भी अगे रीज़न हो सकता गा। तो इतने की आजगा बहुतियां की गल हो रही है तो आप दे तो वाक स्टार्ट करा, चुके होंगे बहुतियां की गल कर रहा गा भी आने वाले समय तक वह बाजार जा चुके होंगे। दे विल हैव जाना का मतलब होंगे गो, गो की थर्ड फॉर्म होगी गोन, दे विल हैव गोन टू मार्केट, लास्ट से ओबजैक्ट आ गया दे विल हैव गोन टू मार्केट। तो बड़ी सिंपल जी कंडीशन है कि आप के आने वाले समय के अच्छ गल कर रहे हैं कि आने वाले समय के जोड़ा अपना काम वो खत्म हो चुकया होगा फिनिश हो चुकया होगा, तो उन्नी सारिया कंडीशनस लैके ही आप इतने अज यदा फॉर्मूला बनाया गया सबजैक्ट प्लस विल है वर्ब की थर्ड फॉर्म नाल ओबजैक्ट। सारे कितने चाहे सबजैक्ट सिंगुलर है चाहे सबजैक्ट प्लूरल हैगा, सारे कितने ही विल हैव लगना गा। एक एग्जाम्पल होर लिख लें जी, ओ खाना खा चुका होवेगा,
ਇੱਥੇ ਕੀ ਹੈਗਾ, ਇੱਥੇ ਵੀ ਕੀ ਆ ਜੂਗਾ, ਹੀ ਵਿਲ ਹੈਵ, ਇੱਕ ਜਣੇ ਦੀ ਗੱਲ ਹੋ ਰਹੀ ਹੈ, ਸਾਰੇ ਕਿਤੇ ਵਿਲ ਹੈਵ ਹੀ ਲੱਗਣਾ ਗਾ। ਹੀ ਵਿਲ ਹੈਵ ਖਾਣ ਦੀ ਥਰਡ ਫੋਰਮ ਕੀ ਹੁੰਦੀ ਹੈਗੀ, ਈਟਨ। ਹੀ ਵਿਲ ਹੈਵ ਈਟਨ ਫੂਡ, ਆਉਣ ਵਾਲੇ ਉਹ ਖਾਣਾ ਖਾ ਚੁੱਕਾ ਹੋਵੇਗਾ। ਤਾਂ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਵਰਤ ਲੈਂਦੇ ਹੈਗੇ, ਜਿਵੇਂ ਆਪਣੀ ਕੀ ਕਹਿੰਦੇ ਹੁੰਦੇ ਹੈਗੇ ਪ੍ਰੈਜੈਂਟ ਪਰਫੈਕਟ ਜਾਂ ਫਿਰ ਪਾਸਟ ਪਰਫੈਕਟ ਦੇ ਵਿੱਚ ਆਪਾਂ ਇਹਦੀ ਦੂਸਰੀ ਨਿਸ਼ਾਨੀ ਵੀ ਕੀਤੀ ਸੀਗੀ, ਉਹ ਵੀ ਆਪਾਂ ਕਈ ਵਾਰ ਵਰਤ ਲੈਂਦੇ ਹੈਗੇ। ਜਿਵੇਂ ਮੈਂ ਚਾਹ ਬਣਾ ਲਈ ਹੋਵੇਗੀ, ਮੈਂ ਕੰਮ ਕਰ ਲਿਆ ਹੋਵੇਗਾ, ਮੈਂ ਖਾਣਾ ਖਾ ਲਿਆ ਹੋਵੇਗਾ। ਉੱਥੇ ਵੀ ਕੀ ਆ, ਆਪਣਾ ਆਉਣ ਵਾਲੇ ਸਮੇਂ ਦੀ ਆਪਾਂ ਗੱਲ ਦੱਸ ਰਿਹਾ ਵੀ ਮੈਂ ਆਉਣ ਵਾਲੇ ਸਮੇਂ ਤੱਕ ਇਹ ਕੰਮ ਖਾਣਾ ਖਾਣ ਵਾਲਾ ਕੰਮ ਖਤਮ ਕਰ ਲਿਆ ਹੋਵੇਗਾ ਜਾਂ ਕਰ ਚੁੱਕਾ ਹੋਵਾਂਗਾ, ਕੁਛ ਵੀ ਵਰਸ ਚੁੱਕਾ ਹੋਵਾਂਗਾ ਵੀ ਹੋ ਸਕਦਾ, ਆਹ ਚੀਜ਼ਾਂ ਨਿਸ਼ਾਨੀਆਂ ਵੀ ਹੋ ਸਕਦੀਆਂ, ਕਰ ਲਿਆ ਹੋਵੇਗਾ ਜਾਂ ਕੀਤਾ ਹੋਵੇਗਾ, ਇਹ ਨਿਸ਼ਾਨੀਆਂ ਵੀ ਆ ਸਕਦੀਆਂ। ਤਾਂ ਜਾਣੀ ਕਿ ਐਂਡ 'ਤੇ ਹੋਵੇਗਾ, ਹੋਵੇਗੀ, ਹੋਣਗੇ, ਇਹ ਲੱਗੀਆਂ ਬੜਾ ਜ਼ਿਆਦਾ ਜ਼ਰੂਰੀ ਹੈ, ਇੱਥੋਂ ਹੀ ਪਤਾ ਚੱਲਦਾ। ਅਤੇ ਨਾਲ ਆਪਾਂ ਨੂੰ ਵਰਡ ਚੁੱਕਾ ਜਾਂ ਚੁੱਕੀ ਜਾਂ ਚੁੱਕੇ ਇਹ ਲੱਗੇ ਹੋਣੇ ਚਾਹੀਦੇ ਆ, ਜਾਂ ਫਿਰ ਜਿਵੇਂ ਆਪਣਾ ਕੀਤਾ ਕਰਿਆ ਕਰ ਚੁੱਕਾ ਹੋਵਾਂਗਾ, ਇਸ ਤਰ੍ਹਾਂ ਦੇ ਵਰਡ ਲੱਗੇ ਹੋਣੇ ਵੀ ਜ਼ਰੂਰੀ ਹੈ, ਜਿੱਥੋਂ ਆਪਾਂ ਨੂੰ ਕੰਮ ਦੇ ਫਿਨਿਸ਼ ਹੋਣ ਦਾ ਪਤਾ ਚੱਲੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣਾ ਕੰਮ ਆ ਉਹ ਫਿਨਿਸ਼ ਹੋ ਚੁੱਕਿਆ ਹੋਵੇਗਾ। ਤਾਂ ਜਿਨ੍ਹਾਂ ਨੇ ਲੇਟ ਜੁਆਇਨ ਕੀਤਾ, ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਤੋਂ ਦੱਸ ਦਿੰਦਾ ਜੀ, ਇਹ ਤਾਂ ਅੱਜ ਆਪਾਂ ਗੱਲ ਫਿਊਚਰ ਪਰਫੈਕਟ ਦੀ ਕਰ ਰਹੇ ਹਾਂਗੇ। ਫਿਊਚਰ ਪਰਫੈਕਟ ਦਾ ਮਤਲਬ ਕੀ ਆ ਕਿ ਆਪਾਂ ਆਉਣ ਵਾਲੇ ਸਮੇਂ ਦੀ ਗੱਲ ਕਰ ਰਹੇ ਹਾਂ, ਫਿਊਚਰ ਦੀ ਗੱਲ ਕਰ ਰਹੇ ਹਾਂ, ਫਿਊਚਰ ਦੇ ਵਿੱਚ ਜਿਹੜਾ ਆਪਣਾ ਕੰਮ ਆ ਉਹ ਖਤਮ ਹੋ ਚੁੱਕਿਆ ਹੋਵੇਗਾ, ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਣੀ ਕਿਰਿਆ ਉਹ ਖਤਮ ਹੋ ਚੁੱਕੀ ਹੋਵੇਗੀ। ਕੋਈ ਇਹਦੇ ਵਿੱਚ ਟਾਈਮ ਨਹੀਂ ਦਿੱਤਾ ਕਿ ਕਦੋਂ ਖਤਮ ਹੋਵੇਗੀ, ਬਸ ਆਪਾਂ ਸਿੰਪਲੀ ਦੱਸਿਆਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਕੰਮ ਆ, ਕੋਈ ਵੀ ਕਿਰਿਆ ਗੀ ਜਿਹੜੀ ਚੱਲ ਰਹੀ ਆ ਅਤੇ ਚੱਲ ਰਹੀ ਸੀ ਚਾਹੇ ਆਪਾਂ ਚਲਾਵਾਂਗੇ, ਕਿ ਉਹ ਖਤਮ ਹੋ ਚੁੱਕੀ ਹੋਵੇਗੀ। ਤਾਂ ਚੁੱਕਿਆ ਹੋਵੇਗਾ, ਚੁੱਕੇ ਹੋਣਗੇ, ਚੁੱਕੀ ਹੋਵੇਗੀ, ਚੁੱਕੀਆਂ ਹੋਣਗੀਆਂ, ਇਹਦੀ ਨਿਸ਼ਾਨੀ ਹੈਗੀ। ਤਾਂ ਇਹ ਵਾਕ ਦੇ ਐਂਡ 'ਤੇ ਜ਼ਰੂਰ ਲੱਗਿਆ ਹੋਊਗਾ। ਇਸ ਤੋਂ ਬਾਅਦ ਇਹਦਾ ਫਾਰਮੂਲਾ ਕੀ ਹੈਗਾ, ਸਬਜੈਕਟ ਪਲੱਸ ਵਿਲ ਹੈ ਵਰਬ ਦੀ ਥਰਡ ਫੋਰਮ ਨਾਲ ਓਬਜੈਕਟ ਹੈਗਾ। ਸਬਜੈਕਟ ਜਿਹੜਾ ਮਰਜ਼ੀ ਹੋਵੇ, ਚਾਹੇ ਸਿੰਗੂਲਰ ਆ ਚਾਹੇ ਪਲੂਰਲ ਹੈਗਾ, ਸਾਰਿਆਂ ਦੇ ਨਾਲ ਹੀ ਵਿਲ ਹੈਵ ਲੱਗਣਾ ਗਾ। ਉਸ ਤੋਂ ਬਾਅਦ ਵਰਬ ਦੀ ਥਰਡ ਫੋਰਮ ਲੱਗਣੀ ਹੈ, ਉਸ ਤੋਂ ਬਾਅਦ ਓਬਜੈਕਟ ਲੱਗਣਾ ਗਾ। ਤਾਂ ਐਗਜ਼ਾਮਪਲ ਕੀਤੀ ਹੈ ਜੀ, ਮੈਂ ਚਾਹ ਬਣਾ ਚੁੱਕਾ ਹੋਵਾਂਗਾ, ਆਉਣ ਵਾਲੇ ਸਮੇਂ ਦੀ ਗੱਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਤੱਕ ਜਿਹੜੀ ਮੇਰੀ ਚਾਹ ਉਹ ਬਣ ਚੁੱਕੀ ਹੋਵੇਗੀ। ਤਾਂ ਇੱਥੇ ਕੀ ਆ ਗਿਆ, ਆਈ ਵਿਲ ਹੈਵ ਮੇਡ ਟੀ, ਥਰਡ ਫੋਰਮ ਲੱਗ ਗਈ, ਨਾਲ ਓਬਜੈਕਟ ਲੱਗ ਗਿਆ। ਇਸੇ ਤਰ੍ਹਾਂ ਉਹ ਬਾਜ਼ਾਰ ਜਾ ਚੁੱਕੇ ਹੋਣਗੇ, ਤਾਂ ਇਹਦਾ ਮਤਲਬ ਕੀ ਹੋ ਗਿਆ, ਆਪਾਂ ਬਹੁਤਿਆਂ ਦੀ ਗੱਲ ਕਰ ਰਹੇ ਹਾਂ, ਚੁੱਕੇ ਹੋਣਗੇ, ਤਾਂ ਇੱਥੇ ਕੀ ਹੈ ਗਿਆ, ਦੇ ਤੋਂ ਵਾਕ ਸਟਾਰਟ ਹੋਊਗਾ, ਦੇ ਵਿਲ ਹੈਵ ਗੋਨ, ਜਾਣਾ ਦਾ ਮਤਲਬ ਹੋ ਗਿਆ ਥਰਡ ਫੋਰਮ ਜਾ ਦੀ, ਗੋ, ਗੋ ਦੀ ਥਰਡ ਫੋਰਮ ਗੋਨ ਹੁੰਦੀ ਹੈ, ਦੇ ਵਿਲ ਹੈਵ ਗੋਨ ਟੂ ਮਾਰਕੀਟ। ਉਸੇ ਤਰ੍ਹਾਂ ਹੈਗਾ, ਉਹ ਖਾਣਾ ਖਾ ਚੁੱਕਾ ਹੋਵੇਗਾ, ਇੱਕ ਪਰਸਨ ਦੀ ਗੱਲ ਹੋ ਰਹੀ ਹੈਗੀ, ਹੀ ਵਿਲ ਹੈਵ ਈਟਨ ਫੂਡ। ਉਮੀਦ ਹੈ ਤੁਹਾਨੂੰ ਇਹ ਪੋਜ਼ੀਟਿਵ ਵਾਕ ਸਮਝ ਲੱਗ ਗਿਆ ਹੋਣਾ। ਹੁਣ ਆਪਾਂ ਗੱਲ ਨੈਗੇਟਿਵ ਦੀ ਕਰਦੇ ਹਾਂ ਜੀ, ਨੈਗੇਟਿਵ ਦੇ ਵਿੱਚ ਕੀ ਲੱਗਣਾ, ਲੱਗਣਾ ਤਾਂ ਨੋਟ ਹੀ ਹੈਗਾ, ਪਰ ਨੋਟ ਦਾ ਖਿਆਲ ਰੱਖਿਓ ਵੀ ਆਪਾਂ ਕਿੱਥੇ ਲਗਾਉਣਾ ਗਾ। ਤਾਂ ਨੋਟ ਦਾ ਇੱਥੇ ਮੈਂ ਫਾਰਮੂਲਾ ਲਿਖ ਦਿੰਦਾ, ਨੈਗੇਟਿਵ, ਨੈਗੇਟਿਵ ਦੇ ਵਿੱਚ ਕੀ ਹੈਗਾ, ਆਪਾਂ ਜੇ ਮਨਾ ਕਰਨਾ ਵੀ ਆਪਣਾ ਕੰਮ ਨਹੀਂ ਕਰ ਚੁੱਕੇ ਹੋਵਾਂਗੇ, ਵੀ ਆਪਣਾ ਇਹ ਕੰਮ ਫਿਨਿਸ਼ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਫਿਨਿਸ਼ ਨਹੀਂ ਹੋ ਚੁੱਕਿਆ ਹੋਵੇਗਾ। ਤਾਂ ਇੱਥੇ ਕੀ ਲੱਗੂਗਾ, ਸਬਜੈਕਟ ਪਲੱਸ ਵਿਲ, ਵਿਚਾਲੇ ਨੋਟ ਲੱਗਣਾ ਗਾ, ਵਿਲ ਤੋਂ ਬਾਅਦ ਨੋਟ ਲੱਗਣਾ, ਵਿਲ ਨੋਟ ਹੈਵ ਬਣੂਗਾ। ਠੀਕ ਹੈ ਜੀ, ਧਿਆਨ ਦਿਓ, ਵਿਲ ਅਤੇ ਹੈਵ ਦੇ ਵਿਚਾਲੇ ਨੋਟ ਲੱਗਿਆ ਗਾ, ਵਿਲ ਨੋਟ ਹੈਵ ਨਹੀਂ, ਵਿਲ ਹੈਵ ਤੋਂ ਬਾਅਦ ਨੋਟ ਨਹੀਂ ਲਗਾਉਣਾ ਹੈਗਾ, ਵਿਲ ਨੋਟ ਹੈਵ ਲਗਾਉਣਾ ਗਾ। ਅੱਗੇ ਉਹੀ ਵਰਬ ਦੀ ਥਰਡ ਫੋਰਮ ਪਲੱਸ ਓਬਜੈਕਟ ਲੱਗ ਜਾਣਾ ਗਾ। ਤਾਂ ਨੈਗੇਟਿਵ ਦੇ ਵਿੱਚ ਕੀ ਹੈਗਾ, ਵਿਲ ਤੋਂ ਬਾਅਦ ਆਪਾਂ ਨੋਟ ਲਗਾ ਦੇਣਾ ਗਾ, ਬਾਕੀ ਅੱਗੇ ਵਰਬ ਦੀ ਥਰਡ ਫੋਰਮ ਨਾਲ ਓਬਜੈਕਟ ਉਸੇ ਤਰ੍ਹਾਂ ਹੀ ਰਹਿਣਾ ਗਾ। ਤਾਂ ਕੁਛ ਐਗਜ਼ਾਮਪਲਸ ਕਰ ਲੈਂਦੇ ਹੈਗੇ, ਇਹ ਆਪਣਾ ਹੈਗਾ ਜੀ ਨੈਗੇਟਿਵ, ਇਹ ਆਪਣਾ ਸੀਗਾ ਪੋਜ਼ੀਟਿਵ, ਹਾਂ ਵਾਚਕ ਵਾਕ, ਅਫਰਮੇਟਿਵ ਵੀ ਕਹਿ ਦਿੰਦੇ ਹੈਗੇ ਉਹ ਸੀਗਾ। ਤਾਂ ਹੁਣ ਆਪਾਂ ਨੈਗੇਟਿਵਸ ਦੀ ਐਗਜ਼ਾਮਪਲਸ ਬਣਾ ਲੈਂਦੇ ਹਾਂ ਜੀ ਕੁਛ। ਉਹ ਫੁੱਟਬਾਲ
नहीं खेड चुके होणगे। ओ फुटबॉल नहीं खेड चुके होणगे, इहदा की बन जूगा? बहुते दी गल हो रही हैगी, चुके होणगे बहुतियां दी गल हो रही हैगी, तां दे आ जूगा उहदा मतलब। दे विल नॉट हैव, विल नॉट हैव लगाउणा गा, इत्थे नॉट लगूगा विल तो बाद। दे विल नॉट हैव, खेडना दा मतलब हुंदा प्ले, थर्ड फॉर्म होगी प्लेड। दे विल नॉट हैव प्लेड फुटबॉल, ये अपना वाक हो गया जी। सैकेंड वाक, ओ गाना नहीं गा चुकी होवेगी, वो गाना नहीं गा चुकी होवेगी, इहदा की मतलब बन गया? आपां एक जने की गल कर रहे हैंगे, फीमेल की गल कर रहे हैंगे, तां उहदा मतलब शी आ जूगा। शी विल नॉट हैव, विल नॉट हैव लगना गा, फिर ध्यान दिओ नॉट कित्थे लग्या गा। शी विल नॉट हैव, गाउणा दा मतलब की हुंदा गा? सिंग, सिंग दी थर्ड फॉर्म हुंदी हैगी संग। शी विल नॉट हैव संग आ सोंग, ठीक है। शी विल नॉट हैव संग आ सोंग, वो गाना नहीं गा चुकी होवेगी। इस तरह थर्ड एग्जाम्पल कोई भी बना लो जी। ओ खाना नहीं बना चुकी होवेगी, वो खाना नहीं बना चुकी होवेगी, आने वाले समय की गल की, फिर इतनी की आजूगा? शी विल नॉट हैव मेड, थर्ड फॉर्म शी विल नॉट हैव मेड फूड। तो नैगेटिव दे विच की हैगा? सबजैक्ट तो बाद विल नॉट हैव लगावांगे आपां, जदों नहीं दा वाक आ गया तो उत्थे विल नॉट हैव बन जूगा। अगे वर्ब दी थर्ड फॉर्म उस तरह रहनी, अगे ऑब्जेक्ट रहना गा कि आपां आउण वाले समय दे विच दित्ता गा, दस्या गा भी इह कम अपना नहीं खत्म हो चुक्या होवेगा, जां आपां नहीं कीता होवेगा आउण वाले समय दे विच, भी आपां कम आउण वाले समय दसना भी नहीं करांगे जां नहीं कर चुके होवांगे, ठीक है जी। तो यह सीगा जी अपना पॉजिटिव ते नैगेटिव, ते हुण आपां गल कर लैने जी इंटैरोगेटिव दी, वी प्रश्न वाचक दे विच की हैगा। तो जदों गल जी इंटैरोगेटिव दी आउंदी हैगी, तो हुण इत्थे की हैगा, हुण आपां पॉजिटिव वाला देखणा, इत्थों कल आपां विल वार लैके आउणा गा, विल प्लस सबजैक्ट, ਇੱਥੋਂ ਇਕੱਲਾ ਵਿਲ ਬਾਹਰ ਲੈ ਕੇ ਆ ਗਏ, ਸਬਜੈਕਟ ਅੰਦਰ ਵਾ ਗਿਆ, ਵਿਲ ਬਾਹਰ ਆ ਗਿਆ। ਵਿਲ ਪਲੱਸ ਸਬਜੈਕਟ ਪਲੱਸ ਹੈਵ ਪਲੱਸ ਵਰਬ ਦੀ ਥਰਡ ਫੋਰਮ ਪਲੱਸ ਓਬਜੈਕਟ, ਇਸੇ ਤਰ੍ਹਾਂ ਕਰਨਾ ਆਪਾਂ, ਇਕੱਲਾ ਵਿਲ ਬਾਹਰ ਆਊਗਾ, ਹੈਵ ਸਬਜੈਕਟ ਤੋਂ ਬਾਅਦ ਹੀ ਲੱਗਣਾ ਗਾ, ਇਹਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ ਹੈਗੀ, ਹੈਵ ਵੀ ਬਾਹਰ ਲਿਆਵਾਂਗੇ ਤਾਂ ਵਿਲ ਤੋਂ ਹੀ ਕੁਸ਼ਚਨ ਸਟਾਰਟ ਹੋਣਾ, ਸਬਜੈਕਟ ਲੱਗਣਾ ਗਾ, ਹੈਵ ਲੱਗਣਾ, ਵਰਬ ਦੀ ਥਰਡ ਫੋਰਮ ਓਬਜੈਕਟ। ਇਹਦੀਆਂ ਕੁਛ ਐਗਜ਼ਾਮਪਲਸ ਕਰ ਲੈਂਦੇ ਹੈਗੇ, ਤਾਂ ਪਹਿਲੀ ਐਗਜ਼ਾਮਪਲ ਆ ਕਿ ਉਹ ਫੁੱਟਬਾਲ ਖੇਡ ਚੁੱਕੇ ਹੋਣਗੇ, ਤਾਂ ਕਿ ਇੱਕ ਆਪਾਂ ਕੁਸ਼ਚਨ ਪੁੱਛਿਆ ਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹ ਫੁੱਟਬਾਲ ਖੇਡ ਚੁੱਕੇ ਹੋਣਗੇ, ਵੀ ਉਹਨਾਂ ਦੇ ਫੁੱਟਬਾਲ ਖੇਡਣ ਵਾਲੀ ਜਿਹੜੀ ਕਿਰਿਆ ਗੀ ਉਹ ਖਤਮ ਹੋ ਚੁੱਕੀ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ। ਤਾਂ ਇਹਨੂੰ ਅਜੇ ਕੁਸ਼ਚਨ ਜਦੋਂ ਇੰਗਲਿਸ਼ ਦੇ ਵਿੱਚ ਕਨਵਰਟ ਕਰਨਾ ਤਾਂ ਕਿਵੇਂ ਬਣੂਗਾ? ਇਹ ਵਿਲ ਤੋਂ ਸਟਾਰਟ ਹੋਊਗਾ, ਵਿਲ, ਹੁਣ ਇੱਥੇ ਸਬਜੈਕਟ ਲਗਾਉਣਾ ਗਾ, ਸਬਜੈਕਟ ਕੀ ਹੈਗਾ ਕਿ ਕਿੱਥੋਂ ਪਤਾ ਚੱਲੂ?
चुके होणगे, बहुतियां दी गल हो रही आ गई, तां उहदा मतलब देख जूगा, विल दे हैव, उस तों बाद की लगना जी हैव। हुण इत्थे वर्ब दी थर्ड फॉर्म आऊगी, विल दे हैव प्लेड, खेडना दा मतलब की हुंदा गा प्ले, थर्ड फॉर्म आ गई प्लेड। विल दे हैव प्लेड फुटबॉल, एक आपां क्वेश्चन पूछ लिया। इस तरह कोई होर क्वेश्चन बना लेने जी कि वो खाना खा चुकया होगा। हम आप पूछ रहे हैं भी कि वो खाना खा चुकया होगा, तो इत्थे भी की आ गया, विल ही हैव ईटन, की हो गया विल, सबजैक्ट हैव वर्ब की थर्ड फॉर्म, उस तो बाद ऑबजैक्ट की है, विल ही हैव ईटन फूड। एक सवाल पूछ लिया आप कि वो खाना खा चुकया होगा। इस तरह तीसरा वाक बना लेने जी कि वो गाना गा चुकी होगी, कि वो गाना गा चुकी होगी। उस तरह विल, विल तो बाद की है सब्जेक्ट, विल शी, हुण इत्थे चुकी होगी लग्या गा, जाने कि फीमेल की गल कर रहे हैं कि विल शी हैव संग, थर्ड फॉर्म विल शी हैव संग अ सोंग, कि वो गाना गा चुकी होगी। तो उम्मीद है भी तुहानू ये तिन्ने समझ आ गए होणगे। एक बार मैं दोबारा तो दस दिना भी इत्थे कित्थे की कुछ लगना गा, दोबारा तो रिवाइज़ कर लैने हैगे। अज आपां गल कीती है जी फ्यूचर परफेक्ट की, फ्यूचर परफेक्ट का की मतलब हैगा कि आपां आउण वाले समय की गल कीती है कि आउण वाले समय के जिहड़ा अपना काम आ वो खत्म हो चुकिया होगा, जाने कि किरिया अपनी समाप्त हो चुकी होगी। तो इहदा वाक दे एंड ते की निशानी है कि चुकिया होगा, चुके होणगे, चुकी होगी, चुकिया होणगिया, ये निशानी है जी वाक दे एंड ते ये लग्या होगा। तो जदों आपां गल पॉजिटिव की गल करते हैं गे, तो अफरमेटिव की गल करते हैं कि हाँ वाचक वाकों की गल करते हैं, तो उत्थे की फॉर्मूला लगना, सबजैक्ट प्लस विल हैव वर्ब की थर्ड फॉर्म, उस तो बाद ऑबजैक्ट लगना जी। चाहे सबजैक्ट जिहड़ा मर्जी होवे, सिंगुलर होवे, प्लूरल होवे, जिहड़ा मर्जी सबजैक्ट होवे, सारयां दे नाल ही विल हैव लगना गा। उस तो बाद जो गल आप नैगेटिव की करते हैं, नाँवाचक वाकों की गल करते हैं, नाँवाचक दे विच की है सबजैक्ट तो बाद विल नॉट लगेगा, विल तो बाद नॉट आ जाना गा, उस तो बाद हैव आना गा, विल नॉट हैव आजूगा वर्ब की थर्ड फॉर्म के नाल ऑबजैक्ट आजूगा। इसी तरह जो आप प्रश्नवाचक की गल करते हैं तो उसे विल बाहर आ जाना गा, सबजैक्ट तो पहला विल लग जाना गा, हैव अंदर ही रह जाना गा। सब विल प्लस सबजैक्ट प्लस हैव वर्ब की थर्ड फॉर्म ऑबजैक्ट लग जाना गा। तो हुण आप एक ओवरऑल कर लें गे, आप कुछ एग्जाम्पल्स कीते सी, उम्मीद है तुसी नाल दी नाल लिख लिया होगी, तुहानू ये समझ लग गई होगी। तो हुण आप जिन्ना भी परफेक्ट किया गा उहदे ते एक ओवरव्यू कर लें भी कित्थे की कुछ लगाया सी आप। तो इत्थे मैं लिख दिना जी परफेक्ट, ठीक है जी, अफरमेटिव जाने की हाँ वाचक हो गए, नैगेटिव हो गया इत्थे इंटेरोगेटिव हो गया, तिन्ने हो गए जी। इत्थे आ गया जी प्रेजेंट परफेक्ट दी, अज कल्ले परफेक्ट दी गल कर रहे हैं जी, पास्ट परफेक्ट, इत्थे की आजूगा फ्यूचर परफेक्ट। थोड़ा थल्ले कर लेंगे,
ਇਹਦਾ ਮਤਲਬ ਕਿ ਇਹਦੇ ਨਾਲ ਤੁਹਾਨੂੰ ਥੋੜ੍ਹਾ ਜਿਹਾ ਡਿਫਰੈਂਸ ਪਤਾ ਚੱਲ ਜੂਗਾ ਵੀ ਕਿੱਥੇ ਆਪਾਂ ਕੀ ਕੁਛ ਵਰਤਿਆ ਸੀਗਾ। ਹੁਣ ਜਦੋਂ ਆਪਾਂ ਗੱਲ ਪ੍ਰੈਜੈਂਟ ਪਰਫੈਕਟ ਦੀ ਕਰਦੇ ਹਾਂਗੇ, ਠੀਕ ਹੈ ਜੀ, ਪੋਜ਼ਿਟਿਵ ਵਾਕਾਂ ਦੀ, ਇੱਥੇ ਆਪਾਂ ਸਬਜੈਕਟ ਤੋਂ ਬਾਅਦ ਹੈਜ਼ ਹੈਵ ਵਰਬ ਦੀ ਥਰਡ ਫੋਰਮ, ਉਸ ਤੋਂ ਬਾਅਦ ਆਪਾਂ ਓਬਜੈਕਟ ਲਗਾਇਆ ਸੀਗਾ। ਪੋਜ਼ਿਟਿਵ ਦੇ ਵਿੱਚ, ਪ੍ਰੈਜੈਂਟ ਦੇ ਵਿੱਚ ਸਬਜੈਕਟ ਤੋਂ ਬਾਅਦ ਹੈਜ਼ ਹੈ ਵਰਬ ਦੀ ਥਰਡ ਫੋਰਮ ਨਾਲ ਓਬਜੈਕਟ ਲੱਗਿਆ। ਪਾਸਟ ਦੇ ਵਿੱਚ ਆਪਾਂ ਲਗਾਇਆ ਸੀ ਸਬਜੈਕਟ ਤੋਂ ਬਾਅਦ ਹੈਡ ਵਰਬ ਦੀ ਥਰਡ ਫੋਰਮ ਨਾਲ ਓਬਜੈਕਟ ਲਗਾਇਆ ਗਾ। ਇਸ ਤੋਂ ਬਾਅਦ ਜਿਵੇਂ ਅੱਜ ਇਹਦੇ ਵਿੱਚ ਫਿਊਚਰ ਪਰਫੈਕਟ ਦੇ ਵਿੱਚ ਕੀ ਲੱਗਿਆ, ਸਬਜੈਕਟ ਤੋਂ ਬਾਅਦ ਵਿਲ ਹੈਵ ਪਲੱਸ ਵਰਬ ਦੀ ਥਰਡ ਫੋਰਮ ਪਲੱਸ ਓਬਜੈਕਟ। ਤਾਂ ਕੀ ਆ, ਜਿੰਨੇ ਵੀ ਪਰਫੈਕਟ ਟੈਂਸ ਆ ਸਾਰਿਆਂ ਦੇ ਵਿੱਚ ਵਰਬ ਦੀ ਥਰਡ ਫੋਰਮ ਤੋਂ ਬਾਅਦ ਓਬਜੈਕਟ ਲੱਗਿਆ, ਸਾਰੇ ਕਿਤੇ ਵਰਬ ਦੀ ਥਰਡ ਫੋਰਮ ਲੱਗੀ ਹੈਗੀ। ਪ੍ਰੈਜੈਂਟ ਦੇ ਵਿੱਚ ਹੈਜ਼ ਹੈਵ ਆ ਗਿਆ, ਪਾਸਟ ਦੇ ਵਿੱਚ ਹੈਡ ਆ ਗਿਆ, ਫਿਊਚਰ ਦੇ ਵਿੱਚ ਵਿਲ ਹੈਵ ਆ ਗਿਆ। ਹੁਣ ਇਹਦੇ ਨੈਗੇਟਿਵ ਦੇ ਵਿੱਚ ਕੀ ਸੀਗਾ, ਸਬਜੈਕਟ ਤੋਂ ਬਾਅਦ ਹੈਜ਼ ਹੈਵ ਉਸੇ ਤਰ੍ਹਾਂ ਲੱਗਿਆ ਸੀਗਾ, ਪਲੱਸ ਨੋਟ ਲੱਗ ਗਿਆ ਸੀਗਾ, ਅੱਗੇ ਵਰਬ ਦੀ ਥਰਡ ਫੋਰਮ ਸੇਮ ਉਸੇ ਤਰ੍ਹਾਂ ਰਹੀ ਸੀਗੀ ਪ੍ਰੈਜੈਂਟ ਦੇ ਵਿੱਚ। ਪਾਸਟ ਦੇ ਵਿੱਚ ਕੀ ਸੀਗਾ, ਸਬਜੈਕਟ ਤੋਂ ਬਾਅਦ ਹੈਡ ਲੱਗਿਆ, ਹੈਡ ਤੋਂ ਬਾਅਦ ਨੋਟ ਲੱਗ ਗਿਆ, ਉਸ ਤੋਂ ਬਾਅਦ ਵਰਬ ਦੀ ਥਰਡ ਫੋਰਮ, ਉਸ ਤੋਂ ਬਾਅਦ ਓਬਜੈਕਟ ਲਗਾਇਆ ਸੀਗਾ। ਇਹਦੇ ਵਿੱਚ ਕਿੱਥੇ ਨੋਟ ਲੱਗਿਆ ਗਾ, ਸਬਜੈਕਟ ਤੋਂ ਬਾਅਦ ਵਿਲ ਨੋਟ ਹੈਵ ਇਹ ਲੱਗਿਆ ਜੀ, ਉਸ ਤੋਂ ਬਾਅਦ ਸੇਮ ਵਰਬ ਦੀ ਥਰਡ ਫੋਰਮ ਅਤੇ ਓਬਜੈਕਟ ਲੱਗ ਗਿਆ। ਹੁਣ ਇਹਦੇ ਕੁਐਸਚਨ ਦੇ ਵਿੱਚ ਕੀ ਸੀਗਾ, ਹੈਜ਼ ਹੈਵ ਤੋਂ ਆਪਾਂ ਸਟਾਰਟਿੰਗ ਕੀਤੀ ਸੀਗੀ, ਸਿੰਗੂਲਰ ਦੇ ਨਾਲ ਹੈਜ਼ ਲਗਾਇਆ ਸੀਗਾ, ਬਹੁਤਿਆਂ ਦੇ ਨਾਲ ਹੈਵ ਲਗਾਇਆ ਸੀਗਾ। ਹੈਜ਼ ਹੈਵ ਪਲੱਸ ਸਬਜੈਕਟ ਪਲੱਸ ਵਰਬ ਦੀ ਥਰਡ ਫੋਰਮ ਪਲੱਸ ਓਬਜੈਕਟ, ਇਸੇ ਤਰ੍ਹਾਂ ਇੱਥੇ ਹੈਡ ਤੋਂ ਸਟਾਰਟਿੰਗ ਹੋਈ ਸੀਗੀ, ਹੈਡ ਪਲੱਸ ਸਬਜੈਕਟ ਪਲੱਸ ਵਰਬ ਦੀ ਥਰਡ ਫੋਰਮ ਪਲੱਸ ਓਬਜੈਕਟ। ਤਾਂ ਇੱਥੇ ਕੀ ਆ ਗਿਆ, ਵਿਲ ਪਲੱਸ ਸਬਜੈਕਟ ਪਲੱਸ ਹੈਵ ਪਲੱਸ ਵਰਬ ਦੀ ਥਰਡ ਫੋਰਮ ਪਲੱਸ ਓਬਜੈਕਟ। ਤਾਂ ਤਿੰਨਾਂ ਦੇ ਵਿੱਚ ਡਿਫਰੈਂਸ ਪਤਾ ਚੱਲ ਗਿਆ ਜੀ, ਪ੍ਰੈਜੈਂਟ ਦੇ ਵਿੱਚ ਆਪਾਂ ਹੈਜ਼ ਹੈਵ ਵਰਤਣਾ, ਪਾਸਟ ਦੇ ਵਿੱਚ ਹੈਡ ਵਰਤਣਾ, ਅਤੇ ਫਿਊਚਰ ਪਰਫੈਕਟ ਦੇ ਵਿੱਚ ਵਿਲ ਹੈਵ ਵਰਤਣਾ ਗਾ। ਤਾਂ ਉਮੀਦ ਹੈ ਵੀ ਤੁਹਾਨੂੰ ਤਿੰਨੇ ਸਮਝ ਲੱਗ ਗਏ ਹੋਣਗੇ, ਪੋਜ਼ਿਟਿਵ ਨੈਗੇਟਿਵ ਅਤੇ ਇੰਟੈਰੋਗੇਟਿਵ ਵਾਕ। ਤਾਂ ਅਗਰ ਤੁਹਾਨੂੰ ਕੋਈ ਵੀ ਡਾਊਟ ਹੈਗਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ, ਮੈਂ ਤੁਹਾਡੀ ਲਾਈਵ ਚੈਟ ਪੜ੍ਹਨੀ ਸਟਾਰਟ ਕਰਨ ਲੱਗਿਆ। ਅਗਰ ਕਿਸੇ ਵੀ ਟੈਂਸ ਦੇ ਵਿੱਚ ਕਨਫਿਊਜ਼ਨ ਆ ਜਾਂ ਇਹਦੇ ਵਿੱਚ ਕਨਫਿਊਜ਼ਨ ਆ ਗਈ, ਕੋਈ ਚੀਜ਼ ਸਮਝ ਨਹੀਂ ਲੱਗੀ ਹੈਗੀ, ਤਾਂ ਤੁਸੀਂ ਪੁੱਛ ਸਕਦੇ ਹੋਗੇ। ਸਭ ਨੇ ਟੈਂਸਿਸ ਹੀ ਬਣਾਏ ਹੋਏ, ਅਗਰ ਕੋਈ ਵੀ ਕਿਸੇ ਵੀ ਟੈਂਸ ਦੇ ਵਿੱਚ ਡਾਊਟ ਹੈਗਾ ਤਾਂ ਪੁੱਛ ਸਕਦੇ ਹੋ। ਅਮਨਦੀਪ ਸਿੰਘ ਸੋਈਆ, ਸਰ ਜੀ ਫਿਊਚਰ ਪਰਫੈਕਟ ਨੈਗੇਟਿਵ ਵਿੱਚ ਇੱਕ ਦੋ ਕੁਐਸਚਨਸ ਵਾਲੇ ਟੈਂਸ ਸੈਂਟੈਂਸਿਸ ਦੱਸ ਦਿਓ। ਅੱਛਾ ਜੀ, ਤਾਂ ਹੁਣ ਇੱਥੇ ਕੀ ਹੈਗਾ, ਜਦੋਂ ਇੱਥੇ ਇੰਟੈਰੋਗੇਟਿਵ ਦੇ ਵਿੱਚ ਤੁਸੀਂ ਨੈਗੇਟਿਵ ਬਣਾਉਣਾ ਗਾ ਤਾਂ ਕੀ ਲੱਗੂਗਾ, ਵਿਲ ਪਲੱਸ ਸਬਜੈਕਟ ਪਲੱਸ ਹੈਵ, ਨਹੀਂ ਨਹੀਂ ਹੈਵ ਪਹਿਲਾਂ ਨਹੀਂ ਆਉਂਦਾ, ਨੋਟ ਹੈਵ, ਨੋਟ ਨੇ ਆਪਣੀ ਪੁਜੀਸ਼ਨ ਨਹੀਂ ਚੇਂਜ ਕਰਨੀ ਹੈਗੀ, ਨੋਟ ਉੱਥੇ ਹੀ ਰਹਿ ਜਾਊਗਾ, ਪਲੱਸ ਵਰਬ ਦੀ ਥਰਡ ਫੋਰਮ ਪਲੱਸ ਓਬਜੈਕਟ ਇਸੇ ਤਰ੍ਹਾਂ ਰਹਿ ਜੂਗਾ। ਤਾਂ ਇੱਕ ਵਾਕ ਬਣਾ ਲੈਂਦੇ, ਐਗਜ਼ਾਮਪਲ ਕਰ ਲੈਂਦੇ ਹੈਗੇ ਕੋਈ। ਤਾਂ ਇੱਕ ਐਗਜ਼ਾਮਪਲ ਤੁਸੀਂ ਕਿਹਾ ਜੀ ਸੁਮਨਦੀਪ ਕੌਰ, ਸਰ ਆਹ ਟੈਂਸ ਬਣਾਇਓ, ਉਹ ਮਿਲਕ ਲੈ ਕੇ ਆ ਗਿਆ ਹੋਵੇਗਾ, ਉਹ ਮਿਲਕ ਲੈ ਕੇ ਆ ਗਿਆ ਹੋਵੇਗਾ, ਠੀਕ ਹੈ ਜੀ। ਹੁਣ ਲੈ ਕੇ ਆਉਣਾ ਦਾ ਮਤਲਬ ਕੀ ਹੁੰਦਾ ਗਾ, ਕੋਈ ਚੀਜ਼ ਲੈ ਕੇ ਆਉਣੀ, ਫਸਟ ਫੋਰਮ ਕੀ ਹੁੰਦੀ ਹੈਗੀ, ਬ੍ਰਿੰਗ, ਠੀਕ ਹੈ ਜੀ, ਲੈ ਕੇ ਆਉਣਾ ਨੂੰ ਆਪਾਂ ਬ੍ਰਿੰਗ ਕਹਿਣੇ ਹੁੰਦੇ ਹਾਂਗੇ। ਤਾਂ ਇੱਥੇ ਹੁਣ ਥਰਡ ਫੋਰਮ ਆ ਜੂਗੀ, ਹੀ ਵਿਲ ਹੈਵ
ਬਰੋਟ ਬੀ ਆਰ ਓ ਯੂ ਜੀ ਐਚ ਟੀ ਬਰਿੰਗ ਦੀ ਥਰਡ ਫਾਰਮ ਹੁੰਦੀ ਹੈਗੀ ਬਰੋਟ ਹੀ ਵਿਲ ਹੈਵ ਬਰੋਟ ਮਿਲਕ ਠੀਕ ਹੈ ਜੀ ਤਾਂ ਉਮੀਦ ਹੈ ਤੁਹਾਨੂੰ ਇਹ ਟੈਂਸ ਸਮਝ ਆ ਗਿਆ ਹੋਵੇਗਾ ਤਾਂ ਮੈਂ ਤੁਹਾਨੂੰ ਨੈਗੇਟਿਵ ਦੀ ਇਗਜ਼ਾਮਪਲ ਦੇਣ ਲੱਗਿਆ ਸੀਗਾ ਤਾਂ ਹੁਣ ਕੀ ਆਪਾਂ ਵਿਲ ਤੋਂ ਬਾਅਦ ਸਬਜੈਕਟ ਲਗਾਉਣਾ ਨੋਟ ਲਗਾਉਣਾ ਅੱਗੇ ਹੈਵ ਲਗਾਉਣਾ ਗਾ ਵਿਲ ਹੀ ਨੋਟ ਹੈਵ ਪਲੇਡ ਫੁੱਟਬਾਲ ਕੀ ਹੋ ਗਿਆ ਕੀ ਉਹ ਫੁੱਟਬਾਲ ਨਹੀਂ ਖੇਡ ਚੁੱਕਿਆ ਹੋਵੇਗਾ ਪੰਜਾਬੀ ਦੇ ਵਿੱਚ ਇਹ ਬਣ ਜੂਗਾ ਕਿ ਉਹ ਫੁੱਟਬਾਲ ਨਹੀਂ ਖੇਡ ਚੁੱਕਿਆ ਹੋਵੇਗਾ ਇੰਗਲਿਸ਼ ਦੇ ਵਿੱਚ ਬਣ ਗਿਆ ਵਿਲ ਹੀ ਨੋਟ ਹੈਵ ਪਲੇਡ ਫੁੱਟਬਾਲ ਤਨਵੀਰ ਬਰਾੜ ਜੀ ਸਰ ਆਲ ਟੈਂਸਿਸ ਇੰਪੋਰਟੈਂਟ ਹੁੰਦੇ ਆ ਕਈ ਟੀਚਰਸ ਕਹਿੰਦੇ ਆ ਵੀ ਮੇਨ ਟੈਂਸ ਹੀ ਸਿੱਖੋ ਆਇਲਸ ਲਈ ਬਿਲਕੁਲ ਜੀ ਇਹ ਸਾਰਿਆਂ ਨੂੰ ਬਹੁਤ ਵੱਡੀ ਕਨਫਿਊਜ਼ਨ ਰਹਿੰਦੀ ਹੈਗੀ ਵੀ ਆਪਾਂ ਸਾਰੇ ਟੈਂਸ ਸਿੱਖ ਕੇ ਕੀ ਲੈਣਾ ਜਦੋਂ ਆਪਾਂ ਨੂੰ ਇਹਨਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ ਤਾਂ ਅੱਜ ਆਪਣਾ ਇਹ ਡਾਊਟ ਵੀ ਕਲੀਅਰ ਕਰ ਲਓ ਤਾਂ ਸਭ ਨੂੰ ਟੈਂਸਿਸ 'ਤੇ ਬੜਾ ਡਾਊਟ ਰਹਿੰਦਾ ਗਾ ਇਹਦੇ ਲਈ ਮੈਂ ਇੱਕ ਵੱਡਾ ਸਾਰਾ ਕੁਐਸਚਨ ਮਾਰਕ ਲਗਾਊਂਗਾ ਕਿ ਆਪਾਂ ਨੂੰ ਟੈਂਸਿਸ ਸਾਰੇ ਕਰਨੇ ਚਾਹੀਦੇ ਆ ਜਾਂ ਮੇਨ ਮੇਨ ਕਰ ਲਈਏ ਮੇਰੀ ਜੇ ਤੁਸੀਂ ਰਾਏ ਖੁਦ ਦੀ ਮੰਨੋ ਤਾਂ ਤੁਹਾਨੂੰ ਆਲ ਟੈਂਸਿਸ ਬਾਰੇ ਪਤਾ ਹੋਣਾ ਚਾਹੀਦਾ ਗਾ ਕਿਉਂ ਪਤਾ ਹੋਣਾ ਚਾਹੀਦਾ ਕਿਉਂਕਿ ਜੇ ਤੁਸੀਂ ਅੱਧੇ ਮੇਨ ਮੇਨ ਟੈਂਸ ਕਰ ਲਏ ਤਾਂ ਤੁਹਾਨੂੰ ਉਸ ਪਾਰਟੀਕੁਲਰ ਸਮੇਂ ਦਾ ਪਤਾ ਚੱਲ ਜੂਗਾ ਠੀਕ ਹੈ ਜੀ ਵੀ ਆਪਾਂ ਆਹ ਸਮੇਂ ਨੂੰ ਆਹ ਟੈਂਸ ਦੇ ਵਿੱਚ ਲਿਖਣਾ ਆਹ ਸਮੇਂ ਨੂੰ ਆਹ ਟੈਂਸ ਦੇ ਵਿੱਚ ਲਿਖਣਾ ਪਰ ਕਈ ਵਾਰ ਜਿਵੇਂ ਤੁਸੀਂ ਅੱਜ ਆਪਾਂ ਤੁਸੀਂ ਅੱਜ ਆਹ ਵਾਲਾ ਜੇ ਨਾ ਕੀਤਾ ਹੁੰਦਾ ਫਿਊਚਰ ਪਰਫੈਕਟ ਇਸ ਤਰ੍ਹਾਂ ਦਾ ਤੁਹਾਨੂੰ ਕੋਈ ਵਾਕ ਲਿਖਣਾ ਪੈ ਜੇ ਜਾਂ ਤੁਸੀਂ ਕਿਤੇ ਵਿਲ ਹੈਵ ਲੱਗਿਆ ਪੜ੍ਹ ਲਓ ਤਾਂ ਉੱਥੇ ਤੁਸੀਂ ਕੀ ਕਰੋਗੇ ਤਾਂ ਤੁਹਾਨੂੰ ਸਮਝ ਨਹੀਂ ਆਉਣੀ ਹੈਗੀ ਫਿਰ ਤੁਸੀਂ ਕਨਫਿਊਜ਼ ਹੋਵੋਗੇ ਵੀ ਮੈਂ ਤਾਂ ਕਦੇ ਵਿਲ ਹੈਵ ਪੜ੍ਹੇ ਹੀ ਨਹੀਂ ਹੈਗਾ ਨਾ ਹੀ ਮੈਨੂੰ ਪਤਾ ਗਾ ਵੀ ਵਿਲ ਹੈਵ ਦਾ ਮਤਲਬ ਹੁੰਦਾ ਕੀ ਹੈਗਾ ਮੈਂ ਤਾਂ ਇਕੱਲਾ ਵਿਲ ਕੀਤਾ ਸੀਗਾ ਕਿਉਂਕਿ ਆਪਾਂ ਇਕੱਲਾ ਵਿਲ ਹੀ ਵਰਤਦੇ ਹਾਂ ਜ਼ਿਆਦਾਤਰ ਤਾਂ ਕਈ ਟੈਂਸਿਸ ਇਹ ਹੈਗੇ ਵੀ ਆਪਾਂ ਡੇਲੀ ਲਾਈਫ ਦੇ ਵਿੱਚ ਜ਼ਿਆਦਾ ਵਰਤਦੇ ਹਾਂਗੇ ਠੀਕ ਹੈ ਜੀ ਆਪਾਂ ਉਹਨਾਂ 'ਤੇ ਜ਼ਿਆਦਾ ਮੇਨ ਫੋਕਸ ਕਰਦੇ ਹਾਂ ਲਿਖਣ ਦੇ ਵਿੱਚ ਆਪਾਂ ਉਹਨਾਂ ਨੂੰ ਜ਼ਿਆਦਾ ਵਰਤ ਦਿਆਂਗੇ ਦੂਸਰੇ ਟੈਂਸਿਸ ਨੂੰ ਆਪਾਂ ਘੱਟ ਵਰਤਦੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਦੂਸਰੇ ਟੈਂਸ ਕਰਨੇ ਹੀ ਨੇ ਉਹਨਾਂ ਨੂੰ ਜ਼ਰੂਰ ਕਰੋ ਉਹ ਵਰਤੇ ਘੱਟ ਜਾਂਦੇ ਉਹ ਗੱਲ ਅਲੱਗ ਆ ਗਈ ਪਰ ਤੁਹਾਨੂੰ ਟੈਂਸ ਸਾਰੇ ਕਲੀਅਰ ਹੋਣੇ ਚਾਹੀਦੇ ਤਾਂ ਕਿ ਤੁਹਾਨੂੰ ਜਿਹੜਾ ਵੀ ਟੈਂਸ ਤੁਸੀਂ ਵਰਤੋ ਜਿਹੜੇ ਵੀ ਸਮੇਂ ਦੀ ਤੁਸੀਂ ਗੱਲ ਕਰੋ ਉਹਦੇ ਵਿੱਚ ਨਾ ਕੋਈ ਕਨਫਿਊਜ਼ਨ ਹੋਵੇ ਨਹੀਂ ਫਿਰ ਆਪਾਂ ਕਨਫਿਊਜ਼ ਹੁੰਦੇ ਰਹਾਂਗੇ ਕਿ ਆਹ ਕਿਹੜੇ ਸਮੇਂ ਦੀ ਗੱਲ ਹੋ ਰਹੀ ਆਹ ਤਾਂ ਮੈਂ ਵਾਕ ਕਦੇ ਪੜ੍ਹੇ ਨਹੀਂ ਹੁਣ ਮੈਂ ਇੰਗਲਿਸ਼ ਦੇ ਵਿੱਚ ਕਿਵੇਂ ਕਨਵਰਟ ਕਰਾਂ ਅਗਰ ਤੁਹਾਨੂੰ 12 ਦੇ 12 ਟੈਂਸ ਕਲੀਅਰ ਹੋਣਗੇ ਇਹ 12 ਟੈਂਸ ਨਹੀਂ ਕਹਾਂ ਕਿ ਆਪਾਂ ਇਹਨੂੰ 12 ਤਰ੍ਹਾਂ ਦਾ ਸਮਾਂ ਕਹਿ ਸਕਦੇ ਹਾਂਗੇ ਕਿਉਂਕਿ ਹਰ ਇੱਕ ਸਮੇਂ ਨੂੰ ਸਮਾਂ 3 ਤਰ੍ਹਾਂ ਦਾ ਹੁੰਦਾ ਗਾ ਪ੍ਰੈਜੈਂਟ ਪਾਸਟ ਅਤੇ ਫਿਊਚਰ ਠੀਕ ਹੈ ਜੀ ਅੱਗੇ ਵੀ ਇਹ ਆਪਾਂ 4 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਗਾ ਕਿ ਪ੍ਰੈਜੈਂਟ ਨੂੰ ਵੀ ਆਪਾਂ ਉਹਦੇ 4 ਟੋਟੇ ਕਰਤੇ ਪਾਸਟ ਦੇ ਵੀ ਕਰਤੇ ਅਤੇ ਫਿਊਚਰ ਦੇ ਵੀ ਕਰਤੇ ਵੀ ਹਰ ਇੱਕ ਨਿੱਕੇ ਨਿੱਕੇ ਸਮੇਂ ਦੀ ਗੱਲ ਦੱਸੀ ਹੋਈ ਵੀ ਆਪਾਂ ਕਿਵੇਂ ਕਹਿਣੀ ਆ ਤਾਂ ਕਰਕੇ ਸਾਰੇ ਟੈਂਸਿਸ ਦੀ ਨੌਲੇਜ ਹੋਣੀ ਜ਼ਰੂਰੀ ਹੈਗੀ ਤਾਂ ਕਿ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਰਹੇ ਚਾਹੇ ਵਰਤੋ ਚਾਹੇ ਤੁਸੀਂ ਇਹਨਾਂ ਦੇ ਵਿੱਚੋਂ 6 ਲਓ ਚਾਹੇ 3 ਵਰਤ ਲਓ ਆਇਲਸ 'ਤੇ ਕੋਈ ਭਰੋਸਾ ਨਹੀਂ ਹੈਗਾ ਕਿਹੜੇ ਟੈਂਸ ਦੇ ਵਿੱਚ ਤੁਹਾਨੂੰ ਕੁਸ਼ਚਨ ਆ ਜਾਵੇ ਕੋਈ ਪਤਾ ਨਹੀਂ ਹੈਗਾ ਤੁਹਾਨੂੰ ਫਿਊਚਰ ਪਰਫੈਕਟ ਦੇ ਵਿੱਚ ਪੁੱਛ ਲੈਣ ਕੰਟੀਨਿਊਸ ਦੇ ਵਿੱਚ ਪੁੱਛ ਲੈਣ ਕੋਈ ਵੀ ਕੁਸ਼ਚਨ ਪੁੱਛਿਆ ਜਾ ਸਕਦਾ ਉੱਥੇ ਆਪਾਂ ਕੋਈ ਨਹੀਂ ਕਹਿ ਸਕਦੇ ਉਹਨਾਂ ਨੂੰ ਵੀ ਮੈਂ ਤਾਂ ਜੀ ਮੇਨ ਮੇਨ ਟੈਂਸ ਹੀ ਕੀਤੇ ਸੀਗੇ ਬਸ ਮੈਨੂੰ ਤਾਂ ਆਹੀ ਆਉਂਦੇ ਇਹਦੇ ਵਿੱਚ ਕੁਸ਼ਚਨ ਪੁੱਛ ਲਓ ਤਾਂ ਕਰਕੇ ਕੀ ਹੈ ਵੀ ਸਾਰੇ ਟੈਂਸਿਸ ਇੰਪੋਰਟੈਂਟ ਨੇ ਸਾਰਿਆਂ ਦੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਸਮੇਂ ਬਾਰੇ ਵੀ ਕਿਹੜੇ ਸਮੇਂ ਦੀ ਗੱਲ ਹੋ ਰਹੀ ਹੈ ਕਿਵੇਂ ਕਹਿਣੀ ਹੈਗੀ ਤਾਂ ਨੌਲੇਜ ਜ਼ਰੂਰ ਹੋਣੀ ਚਾਹੀਦੀ ਹੈ ਕਲੈਰਿਟੀ ਦਿਮਾਗ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਵਰਤ ਤੁਸੀਂ ਜਿੰਨੇ ਮਰਜ਼ੀ ਲਓ ਤਾਂ ਅਗਰ ਹੋਰ ਕੋਈ ਕੁਸ਼ਚਨ ਆ ਗਿਆ ਟੈਂਸਿਸ ਨੂੰ ਲੈ ਕੇ ਤਾਂ ਤੁਸੀਂ ਪੁੱਛ ਸਕਦੇ ਹੋ ਜੀ ਮੈਂ ਕੁਛ ਐਗਜ਼ਾਮਪਲਸ ਦੇਣ ਲੱਗਿਆਂਗਾ ਬੋਰਡ ਦੇ ਉੱਤੇ ਹੋਮਵਰਕ ਦੇ ਲਈ ਤੁਸੀਂ ਕਰਕੇ ਦੇਖ ਲਿਓ ਬਾਕੀ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਹੀ ਸੀਗਾ
ਵੀ ਨਾਲ ਨਾਲ ਪ੍ਰੈਕਟਿਸ ਜ਼ਰੂਰ ਕਰੋ, ਕਿਉਂਕਿ ਜਦੋਂ ਤੁਸੀਂ ਖੁਦ ਦੀ ਪ੍ਰੈਕਟਿਸ ਕਰੋਗੇ, ਖੁਦ ਵਾਕ ਬਣਾ ਕੇ ਦੇਖੋਗੇ, ਤਾਂ ਤੁਹਾਨੂੰ ਬੜੀਆਂ ਸਾਰੀਆਂ ਕਨਫਿਊਜ਼ਨਾਂ ਮਨ ਦੇ ਵਿੱਚ ਰੇਜ਼ ਹੋਣਗੀਆਂ, ਬੜੇ ਸਾਰੇ ਡਾਊਟ ਰੇਜ਼ ਹੋਣਗੇ ਵੀ ਆਪਾਂ ਆਹ ਚੀਜ਼ ਨੂੰ ਕਿਵੇਂ ਬਣਾਉਣਾ, ਕਿਵੇਂ ਲਿਖਣਾ, ਕਿਹੜੇ ਸਮੇਂ ਦੀ ਗੱਲ ਹੋ ਰਹੀ ਆ। ਤਾਂ ਜਿੰਨੇ ਵੀ ਟੈਂਟਸ ਅੱਜ ਤੱਕ ਆਪਾਂ ਕੀਤੇ ਆ, 9 ਟੈਂਟਸ ਕਰ ਚੁੱਕੇ ਹਾਂ ਅੱਜ ਆਪਾਂ, ਤਾਂ ਉਹਨਾਂ ਦੀ ਦੋ ਦੋ ਐਗਜ਼ਾਮਪਲਸ ਜ਼ਰੂਰ ਬਣਾ ਕੇ ਦੇਖੋ ਹਰ ਇੱਕ ਟੈਂਟਸ ਦੀਆਂ, ਜਾਣੀ ਕਿ ਟੋਟਲ 18 ਐਗਜ਼ਾਮਪਲਸ ਹੋ ਗਈਆਂ। ਤਾਂ ਹਰ ਇੱਕ ਟੈਂਸ ਦੀਆਂ ਦੋ ਦੋ ਐਗਜ਼ਾਮਪਲਸ ਜ਼ਰੂਰ ਬਣਾ ਕੇ ਦੇਖੋ, ਤਾਂ ਕਿ ਤੁਹਾਨੂੰ ਪੁਰਾਣੀਆਂ ਚੀਜ਼ਾਂ ਯਾਦ ਰਹਿਣ, ਉਹਨਾਂ ਦੀ ਕਲੈਰਿਟੀ ਹੋ ਜਾਵੇ ਕਿੱਥੇ ਆਪਾਂ ਕੀ ਚੀਜ਼ ਵਰਤਣੀ ਹੈਗੀ। ਤਾਂ ਪਹਿਲੀ ਤੁਹਾਡੀ ਅੱਜ ਦੀ ਐਗਜ਼ਾਮਪਲ ਹੈਗੀ ਹੈ ਜੀ, ਉਹ ਦਿੱਲੀ ਪਹੁੰਚ ਚੁੱਕੇ ਹੋਣਗੇ। ਦੂਜੀ ਐਗਜ਼ਾਮਪਲ ਹੈਗੀ ਹੈ ਜੀ, ਸੀਤਾ ਰਾਤ ਦਾ ਖਾਣਾ ਬਣਾ ਚੁੱਕੀ ਹੋਵੇਗੀ। ਉਹ ਦਿੱਲੀ ਪਹੁੰਚ ਚੁੱਕੇ ਹੋਣਗੇ, ਸੀਤਾ ਰਾਤ ਦਾ ਖਾਣਾ ਬਣਾ ਚੁੱਕੀ ਹੋਵੇਗੀ। ਕੀ ਉਹ ਕ੍ਰਿਕਟ ਖੇਡ ਚੁੱਕੇ ਹੋਣਗੇ? ਚੌਥੀ ਹੈਗੀ ਹੈ ਜੀ, ਕੀ ਉਹ ਕ੍ਰਿਕਟ ਖੇਡ ਚੁੱਕੇ ਹੋਣਗੇ? ਉਹ ਚਿੱਠੀ ਨਹੀਂ ਲਿਖ ਚੁੱਕੀ ਹੋਵੇਗੀ। ਪੰਜਵਾਂ ਹੈਗਾ ਜੀ, ਉਹ ਸੈਰ ਕਰ ਚੁੱਕੇ ਹੋਣਗੇ। ਉਹ ਦਿੱਲੀ ਪਹੁੰਚ ਚੁੱਕੇ ਹੋਣਗੇ, ਸੀਤਾ ਰਾਤ ਦਾ ਖਾਣਾ ਬਣਾ ਚੁੱਕੀ ਹੋਵੇਗੀ, ਕੀ ਉਹ ਕ੍ਰਿਕਟ ਖੇਡ ਚੁੱਕੇ ਹੋਣਗੇ, ਉਹ ਚਿੱਠੀ ਨਹੀਂ ਲਿਖ ਚੁੱਕੀ ਹੋਵੇਗੀ, ਉਹ ਸੈਰ ਕਰ ਚੁੱਕੇ ਹੋਣਗੇ। ਅਤੇ ਪੰਜ ਵਾਕ ਆ ਗਏ, ਅਮਨਦੀਪ ਸਿੰਘ ਸੋਹੀਆ ਜੀ, ਸਰ ਟੈਂਸਿਸ ਕਲੀਅਰ ਹੋਣ ਦਾ ਮੇਨ ਪੁਆਇੰਟ ਪ੍ਰੈਕਟਿਸ ਹੀ ਹੈ। ਬਿਲਕੁਲ ਜੀ, ਪ੍ਰੈਕਟਿਸ ਆ ਗਈ, ਜਿੰਨੇ ਖੁਦ ਤੋਂ ਵਾਕ ਤੁਸੀਂ ਬਣਾ ਕੇ ਦੇਖ ਸਕਦੇ ਹੋਗੇ, ਡਿਫਰੈਂਟ ਡਿਫਰੈਂਟ ਸਮੇਂ ਦੀ ਗੱਲ, ਤੁਸੀਂ ਬਣਾ ਕੇ ਦੇਖੋ, ਲਿਖ ਕੇ ਦੇਖੋ, ਬੋਲ ਕੇ ਦੇਖੋ, ਪ੍ਰੈਕਟਿਸ ਹੀ ਆਪਾਂ ਨੂੰ ਪਰਫੈਕਟ ਬਣਾਉਂਦੀ ਹੈਗੀ। ਪ੍ਰੈਕਟਿਸ ਦੇ ਨਾਲ ਹੀ ਆਪਾਂ ਨੂੰ ਸਾਰੀਆਂ ਚੀਜ਼ਾਂ ਦੀ ਕਲੈਰਿਟੀ ਹੁੰਦੀ ਹੈਗੀ, ਕਿਉਂਕਿ ਜਿਹੜੀਆਂ ਕਿਤਾਬਾਂ ਦੇ ਵਿੱਚ ਤੁਸੀਂ ਟੈਂਸਿਸ ਦੀਆਂ ਕਿਤਾਬਾਂ, ਤੁਹਾਨੂੰ ਬਹੁਤ ਸਾਰੀਆਂ ਮਿਲ ਜਾਣਗੀਆਂ, ਜਿੰਨੀਆਂ ਮਰਜ਼ੀ ਪੜ੍ਹ ਲਓ, ਕਿਸੇ ਮਰਜ਼ੀ ਟੀਚਰ ਤੋਂ ਤੁਸੀਂ ਪੜ੍ਹ ਲਓ। ਕਲੈਰਿਟੀ ਕਦੋਂ ਹੋਣੀ ਆਪਾਂ ਨੂੰ, ਟੈਂਟਸ ਆਉਣ ਕਦੋਂ ਲੱਗਣਗੇ, ਜਦੋਂ ਆਪਾਂ ਖੁਦ ਉਹਨਾਂ ਦੀ ਪ੍ਰੈਕਟਿਸ ਸਟਾਰਟ ਕਰਤੀ, ਜਦੋਂ ਖੁਦ ਆਪਾਂ ਉਸ ਚੀਜ਼ ਦੇ ਵਿੱਚ ਉਤਰ ਗਏ। ਠੀਕ ਹੈ ਜੀ, ਜੇ ਹੁਣ ਆਪਾਂ ਕਿਸ਼ਤੀ ਦੇ ਵਿੱਚ ਬੈਠੇ ਹਾਂਗੇ, ਤਾਂ ਜਿਹੜਾ ਕਿਸ਼ਤੀ ਦਾ ਮਲਾਹ, ਜਿਹੜਾ ਹੁਣ ਕਿਸ਼ਤੀ ਚਲਾਉਣ ਵਾਲਾ, ਉਹਨੂੰ ਪੂਰਾ ਹਿਸਾਬ ਆ ਵੀ ਕਿਸ਼ਤੀ ਕਿਸ ਤਰਫ ਨੂੰ ਮੋੜਨੀ ਹੈਗੀ। ਠੀਕ ਹੈ ਜੀ, ਹੁਣ ਜੇ ਆਪਾਂ ਉਹਨੂੰ ਬੈਠੇ ਨੂੰ ਦੇਖਦੇ ਗਏ, ਦੇਖੀ ਜਾਵਾਂਗੇ ਉਹ ਤੋਂ, ਠੀਕ ਹੈ ਜੀ, ਤਾਂ ਉਹਨੇ ਆਪਣੀ ਕਿਸ਼ਤੀ ਚਲਾਈ ਨਾ, ਆਪਾਂ ਕਦੇ ਵੀ ਉਹ ਅਹਿਸਾਸ ਨਹੀਂ ਕਰ ਪਾਵਾਂਗੇ ਕਿ ਕਿਸ਼ਤੀ ਚੱਲਦੀ ਕਿਵੇਂ ਆ। ਜਿਸ ਦਿਨ ਆਪਾਂ ਕਿਸ਼ਤੀ ਦਾ ਸਟੇਅਰਿੰਗ ਆਪ ਫੜ ਲਿਆ, ਕਿਸ਼ਤੀ ਨੂੰ ਆਪ ਮੋੜਨ ਲੱਗ ਗਏ, ਉਦੋਂ ਹੀ ਆਪਾਂ ਨੂੰ ਪਤਾ ਚੱਲਣਾ ਵੀ ਕਿਹੜੇ ਪਾਸੇ ਆਪਾਂ ਮੋੜਨਾ, ਤਾਂ ਕਿੱਧਰ ਨੂੰ ਪਾਣੀ ਨੂੰ ਪਿੱਛੇ ਨੂੰ ਕਰਨਾ, ਜਾਂ ਕਿੱਧਰ ਨੂੰ ਕਿਸ਼ਤੀ ਕਿਵੇਂ ਮੁੜੂਗੀ, ਫਿਰ ਹੀ ਪਤਾ ਚੱਲਦਾ। ਉਸੇ ਤਰ੍ਹਾਂ ਟੈਂਸ ਆ ਗਏ, ਜਿੰਨਾ ਚਿਰ ਟੈਂਸ ਆਪ ਖੁਦ ਨਹੀਂ ਬਣਾ ਕੇ ਦੇਖਦੇ, ਇਹਨਾਂ ਨੂੰ ਪ੍ਰੈਕਟਿਸ ਨਹੀਂ ਕਰਦੇ, ਉਹਨਾਂ ਚਿਰ ਨਹੀਂ ਆਪਾਂ ਨੂੰ ਟੈਂਸਿਸ ਦਾ ਪਤਾ ਲੱਗਦਾ। ਚਾਹੇ ਤੁਸੀਂ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ, ਜਿਹੜੇ ਮਰਜ਼ੀ ਟੀਚਰ ਤੋਂ ਪੜ੍ਹਦੇ ਰਹੋ, ਪਰ ਜਿੰਨਾ ਟਾਈਮ ਤੁਸੀਂ ਆਪ ਖੁਦ ਨਹੀਂ ਟੈਂਸਾਂ ਦੇ ਵਿੱਚ ਉਤਰਦੇ, ਉਹਨਾਂ ਨੂੰ ਖੁਦ ਨਹੀਂ ਦੇਖਦੇ ਹੈਗੇ ਵੀ ਇੱਥੇ ਕੀ ਲੱਗਣਾ, ਕਿਵੇਂ ਟੈਂਸ ਆ ਗਾ, ਇਹਦੇ ਵਿੱਚ ਕਿਹੜੇ ਸਮੇਂ ਦੀ ਗੱਲ ਹੋ ਰਹੀ ਆ, ਉਹਨਾਂ ਚਿਰ ਆਪਾਂ ਟੈਂਸਿਸ ਨਹੀਂ ਸਿੱਖ ਸਕਦੇ।
ਤਾਂ ਹੋਰ ਜੇ ਕੋਈ ਕੁਐਸਚਨ ਹੈਗਾ ਤੁਸੀਂ ਪੁੱਛ ਸਕਦੇ ਹੋ ਜੀ। ਤਾਂ ਇੱਥੇ ਇੱਕ ਰਵਿੰਦਰ ਕੌਰ ਜੀ ਨੇ ਸਵਾਲ ਪੁੱਛਿਆ ਸੀਗਾ, ਲਰਨ ਦੀ ਵਰਬ ਦੀ ਥਰਡ ਫੋਰਮ ਲਰਨਡ ਐਂਡ ਲਰਨਡ ਦੋਨੋਂ ਠੀਕ ਆ ਜੀ? ਹਾਂਜੀ ਬਿਲਕੁਲ ਜੀ, ਦੋਨੋਂ ਠੀਕ ਆ ਗਈ। ਲਰਨਡ ਵੀ ਲਿਖ ਸਕਦੇ ਹੋ ਤੁਸੀਂ, ਇਹ ਵੀ ਰਾਈਟ ਫੋਰਮ ਆ ਗਈ, NED ਜਾਂ ਫਿਰ LEARNT ਲਰਨਡ, ਇਹ ਵੀ ਠੀਕ ਆ। ਦੋਨੋਂ ਦੀਆਂ ਦੋਨੋਂ ਵਰਬ ਦੀਆਂ ਫੋਰਮਸ ਠੀਕ ਹੈ ਜੀ, ਕੋਈ ਵੀ ਪੁੱਛ ਸਕਦੇ ਹੋ, ਲਿਖ ਸਕਦੇ ਹੋ। ਤਾਂ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਟੈਂਸ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਤਾਂ ਅਗਰ ਕੋਈ ਵੀ ਡਾਊਟ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ, ਇੱਕ ਦੋ ਮਿੰਟ ਹੋਰ ਹੈਗੇ ਆਪਣੇ ਕੋਲ। ਤਾਂ ਆਪਾਂ ਨੈਕਸਟ ਕਲਾਸ ਦਾ ਟਾਈਮ ਅਤੇ ਕੱਲ੍ਹ ਦਾ ਜੋ ਟੈਂਸ ਕਰਨਾ ਉਹ ਡਿਸਕਸ ਕਰ ਲੈਂਦੇ ਹਾਂਗੇ ਕਿ ਕੱਲ੍ਹ ਨੂੰ ਆਪਾਂ ਕਿੰਨੇ ਵਜੇ ਕਲਾਸ ਲਾਉਣੀ ਹੈਗੀ ਅਤੇ ਉਹਦੇ ਵਿੱਚ ਕੀ ਕਰਾਂਗੇ। ਜੋ ਕੱਲ੍ਹ ਨੂੰ ਆਪਣੀ ਕਲਾਸ ਲੱਗਣੀ ਹੈ ਜੀ, ਉਹ ਇਸੇ ਟਾਈਮ 5:30 PM 'ਤੇ ਹੀ ਲੱਗਣੀ ਹੈਗੀ, ਸ਼ਾਮ ਨੂੰ 5:30 ਵਜੇ। ਅਤੇ ਕੱਲ੍ਹ ਨੂੰ ਜਿਹੜਾ ਆਪਣਾ ਟੋਪਿਕ ਰਹੂਗਾ ਉਹ ਰਹੂਗਾ ਜੀ, ਪ੍ਰੈਜੈਂਟ ਪਰਫੈਕਟ ਕੰਟੀਨਿਊਸ। ਪ੍ਰੈਜੈਂਟ ਪਰਫੈਕਟ ਕੰਟੀਨਿਊਸ ਕੱਲ੍ਹ ਦਾ ਆਪਣਾ ਟੋਪਿਕ ਰਹੂਗਾ ਜੀ। ਤਾਂ 5:30 ਵਜੇ ਸ਼ਾਮ ਨੂੰ ਕਲਾਸ ਲੱਗਣੀ ਹੈਗੀ। ਅਮਰਦੀਪ ਸਿੰਘ ਸੋਈਆ ਸਰ ਜੀ, ਇੱਕ ਕੁਐਸਚਨ ਪੁੱਛਿਆ ਸੀ ਅਸੀਂ ਜੀ, ਮੇਰੇ ਕੋਲ ਕੁਐਸਚਨ ਮੈਂ ਦੇਖੇ ਹੈਗੇ, ਜੋ ਮੈਨੂੰ ਸਾਹਮਣੇ ਆਏ ਮੈਂ ਤੁਹਾਨੂੰ ਦੱਸ ਚੁੱਕਿਆ ਆਲਰੇਡੀ। ਤਾਂ ਅਗਰ ਕੋਈ ਕੁਐਸਚਨ ਰਹਿ ਗਿਆ ਤਾਂ ਤੁਸੀਂ ਦੁਬਾਰੇ ਟਾਈਪ ਕਰ ਦਿਓ ਜੀ। ਉੱਪਰ ਕਿਹੜਾ ਜੀ, ਲਰਨ ਵਾਲੀ ਫੋਰਮ ਪੁੱਛੀ ਸੀਗੀ, ਸ਼ੀ ਵਿਲ ਹੈ ਪ੍ਰਪੇਅਰਡ ਡਿਨਰ, ਟੈਂਸਿਸ ਕਲੀਅਰ ਹੋਣ ਦਾ, ਇਹੀ ਹੈ ਜੀ। ਤਾਂ ਅਗਰ ਕੋਈ ਕੁਐਸਚਨ ਮਿਸ ਹੋ ਗਿਆ ਤਾਂ ਤੁਸੀਂ ਦੁਬਾਰੇ ਟਾਈਪ ਕਰ ਦਿਓ ਜੀ, ਮੇਰੇ ਕੋਲ ਚੈਟ ਦੇ ਵਿੱਚ ਸ਼ੋਅ ਨਹੀਂ ਹੋ ਰਿਹਾ। ਜੋ ਕੁਐਸਚਨਸ ਮੇਰੇ ਸਾਹਮਣੇ ਸ਼ੋਅ ਹੋਏ ਸੀਗਾ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ। ਤਾਂ ਕੋਈ ਗੱਲ ਨਹੀਂ ਜੀ, ਤੁਸੀਂ ਚੈਟ ਦੇ ਵਿੱਚ ਮੈਂ ਕੁਐਸਚਨਸ ਜ਼ਰੂਰ ਦੇਖੂੰਗਾ, ਟਾਈਪ ਕਰ ਦਿਓ। ਤਾਂ ਅੱਜ ਦੇ ਲਈ ਆਪਣਾ ਇੰਨੀ ਹੈਗਾ, ਇਹਨਾਂ ਦੀ ਪ੍ਰੈਕਟਿਸ ਜਿੰਨੀ ਆਪਾਂ ਟੈਂਸ ਕੀਤੇ ਆ, ਜਿਵੇਂ ਮੈਂ ਤੁਹਾਨੂੰ ਦੱਸਿਆ, ਸਾਰਿਆਂ ਦੀਆਂ ਦੋ ਦੋ ਐਗਜ਼ਾਮਪਲਸ ਜ਼ਰੂਰ ਕਰਕੇ ਦੇਖਣੀਆਂ, ਨਾਲੇ ਤਾਂ ਤੁਹਾਡੀ ਰਿਵੀਜ਼ਨ ਹੋ ਜੂਗੀ। ਖੁਦ ਤੋਂ ਐਗਜ਼ਾਮਪਲਸ ਬਣਾ ਕੇ ਦੇਖਿਓ ਕਿ ਆਹ ਸਮੇਂ ਦੀ ਐਗਜ਼ਾਮਪਲ ਕਿਵੇਂ ਬਣ ਸਕਦੀ, ਇਹਦੇ ਵਿੱਚ ਕੀ ਕੁਛ ਲੱਗਣਾ ਗਾ, ਇੱਥੇ ਕੀ ਵਰਤਿਆ ਜਾਊਗਾ। ਜੇ ਉਹਦੇ ਵਿੱਚ ਕੋਈ ਪ੍ਰੋਬਲਮ ਹੋਈ ਕਿਸੇ ਐਗਜ਼ਾਮਪਲ ਦੇ ਵਿੱਚ, ਤਾਂ ਤੁਸੀਂ ਕੱਲ੍ਹ ਨੂੰ ਜਦੋਂ ਆਪਾਂ ਕਲਾਸ ਸਟਾਰਟ ਕਰਾਂਗੇ ਉਦੋਂ ਤੁਸੀਂ ਆਪਣਾ ਕੁਐਸਚਨ ਪੁੱਛ ਸਕਦੇ ਹੋ। ਤਾਂ ਆਪਾਂ ਇਹਨੂੰ ਜ਼ਰੂਰ ਡਿਸਕਸ, ਤੁਹਾਡਾ ਜੋ ਵੀ ਕੱਲ੍ਹ ਦੀਆਂ ਪ੍ਰੋਬਲਮਸ ਹੋਣਗੀਆਂ ਆਪਾਂ ਸਟਾਰਟਿੰਗ ਦੇ ਵਿੱਚ ਜ਼ਰੂਰ ਡਿਸਕਸ ਕਰਾਂਗੇ। ਤਾਂ ਇੱਕ ਇੱਕ ਦੋ ਦੋ ਐਗਜ਼ਾਮਪਲਸ ਜ਼ਰੂਰ ਬਣਾ ਕੇ ਦੇਖਿਓ ਸਾਰੇ ਟੈਂਸਿਸ ਦੇ ਵਿੱਚ। ਅੱਜ ਦੇ ਲਈ ਇੰਨੀ ਆ, ਅਤੇ ਸਾਰਿਆਂ ਦਾ ਕਲਾਸ ਲਗਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਅਗਲੀ ਵਾਰ ਫਿਰ ਮਿਲਦੇ ਹਾਂ, ਉਦੋਂ ਤੱਕ ਸਤਿ ਸ਼੍ਰੀ ਅਕਾਲ।